ਮੈਂ ਕਦੇ ਮਿਲਣੇ ਕਾ ਚਾਹ ਤੰ ਤੰ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦਿਨ ਕੀ ਗਉਦਾ ਆਨੰਦ ਮਨ ਰਹੀ ਗੁਰੂ ਰੂਪ ਖਾਲਸਾ ਸਾ ਸਾਰੇ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਐਸੇ ਪਰਉਪਕਾਰੀ ਗੁਰਮਖ ਜਿਨ੍ਹਾਂ ਨੇ ਇਹ ਸੰਸਾਰ ਤੇ ਆ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਆਪਾਂ ਨੂੰ ਇਹ ਜੀਵਨ ਜਿਉਣ ਦਾ ਜਿਹੜਾ ਗਿਆਨ ਇਹ ਜੀਵਨ ਦਾ ਪੇ ਦਿੱਤਾ ਹੈ ਐਸੇ ਗੁਰਮਖੰਦ ਦੇ ਆਗਮਨ ਪੂਰਵਤੇ ਸਾਰੇ ਹੀ ਪਰਿਵਾਰ ਨੂੰ ਲੱਖ ਲੱਖ ਵਧਾਈ ਮੁਬਾਰਕਾਂ ਗੁਰਮਖਾ ਪਾਸੋਂ ਆਪਾਂ ਸਰਵਨ ਕਰ ਰਏ ਸੀ ਜਨਮ ਮਰਨ ਦਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਏ ਹਾਰਸਿਓਂ ਲੈਣ ਮਿਲਾਏ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਮਹਾਪੁਰਖ ਜਿਨ੍ਹਾਂ ਨੇ ਇਹ ਸੰਸਾਰ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੇ ਸਾਡੇ ਇਹ ਮੰਨ ਨੇ ਜਿਨ੍ਹਾਂ ਦਾ ਮਾਲਿਕ ਨਿਰੰਕਾਰ ਦੇ ਨਾਲੋਂ ਵਿਛੋੜਾ ਪੈ ਚੁੱਕਾ ਹੈ ਉਹ ਸਾਰੀਆਂ ਸੁਰਤੀਆਂ ਨੂੰ ਉਹਨਾਂ ਨੇ ਦਾਨ ਬਖਸ਼ਿਸ਼ ਕੀਤਾ ਦਾਨ ਦਿੱਤਾ ਹੈ ਜਿਹੜਾ ਸਾਨੂੰ ਇਹ ਭਗਤੀ ਦਾ ਮਾਰਗ ਸਮਝਾਇਆ ਸਤਿਗੁਰ ਦੀ ਬਾਣੀ ਰਾਹੀਂ ਆਪਾਂ ਨੂੰ ਸਮਝਾ ਦਿੱਤਾ ਹੈ ਕਿਹੜਾ ਦਾਨ ਜਿਹੜਾ ਗੁਰਮਖ ਜਨ ਕਰਦੇ ਨੇ ਤੇ ਸਮਝਾਉਂਦਿਆ ਹੋਇਆ ਸਾਨੂੰ ਵੀ ਉਹਨਾਂ ਗਿਆਨ ਦਿੱਤਾ ਭੇਦ ਦਿੱਤਾ ਹੈ ਤੁਸੀਂ ਆਪ ਵੀ ਇਹ ਸ਼ਬਦ ਦਾ ਅਭਿਆਸ ਕਰਨਾ ਇਹ ਜੁਗਤ ਅਪਣਾਉਣੀ ਤਰੀਕਾ ਅਪਣਾਉਣਾ ਤੇ ਅੱਗੇ ਤੁਸੀਂ ਵੀ ਦਾਨ ਕਰਨਾ ਹੈ ਉਹ ਜੁਗਤ ਉਹ ਤਰੀਕਾ ਜਿਹੜਾ ਸਾਨੂੰ ਸਤਿਗੁਰ ਦੇ ਬਚਨ ਪੜ੍ਹਦਿਆ ਹੋਇਆ ਉਹ ਗਿਆਨ ਨਹੀਂ ਸੀ ਸਿਮਰਨ ਕਰਦੇ ਆ ਅਭਿਆਸ ਕਰਦੇ ਸੀ। ਲੇਕਿਨ ਕਰਦਿਆ ਹੋਇਆ ਹੈ। ਸਾਡਾ ਇਹ ਸੰਸਾਰ ਦੇ ਵਿੱਚੋਂ ਆਉਣਾ ਜਾਣਾ ਖਤਮ ਨਹੀਂ ਸੀ ਹੋਇਆ। ਸਿਮਰਨ ਕੀਤਾ ਅਭਿਆਸ ਕੀਤਾ ਹੈ। ਲੇਕਿਨ ਕਿਸ ਦਾ ਅਸੀਂ ਸਿਮਰਨ ਕਰਨਾ ਹੈ ਕਿਸ ਦਾ ਅਭਿਆਸ ਕਰਨਾ ਇਸ ਦਾ ਸਾਨੂੰ ਗਿਆਨ ਨਹੀਂ ਭੇਤ ਨਹੀਂ। ਹੁਣ ਵੀ ਜਿੰਨਾ ਚਿਰ ਸਾਨੂੰ ਐਸੇ ਗੁਰਮਖਾ ਦਾ ਸੰਗ ਨਹੀਂ ਮਿਲਿਆ ਸਿਮਰਨ ਕਰਦੇ ਰਹੇ ਸਿਮਰਨ ਕੀ ਹੈ ਸਾਡਾ ਧਿਆਨ ਹੈ ਜੇ ਹੁਣ ਅਸੀਂ ਇਹ ਗੁਰਮੰਤਰ ਜਪਦੇ ਆ ਇਹ ਮੁਖ ਤੋਂ ਬੋਲਦੇ ਆ ਜੇ ਇਹ ਧਿਆਨ ਸ਼ਬਦ ਵਿੱਚ ਨਹੀਂ ਲੱਗਾ ਇਹ ਕੀਤਾ ਸਾਡਾ ਕਿਸੇ ਕੰਮ ਨਹੀਂ ਆਉਂਦਾ ਜੇ ਇਹ ਸਿਮਰਨ ਕਰਦਿਆ ਹੋਇਆ ਸਾਡਾ ਧਿਆਨ ਨਹੀਂ ਇਸ ਦੇ ਵਿੱਚ ਤਾਂ ਹੀ ਇਸ ਸਿਮਰਨ ਦਾ ਸਾਨੂੰ ਫਲ ਨਹੀਂ ਮਿਲਦਾ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਮਨ ਮੁਖ ਹਰ ਹਰ ਕਰ ਸਕੀ ਮੈਲ ਨਾ ਸਕੀ ਤੋ ਏ ਹੁਣ ਸਾਨੂੰ ਸਿਮਰਨ ਕਰਨਾ ਦੱਸਿਆ ਉਹਨਾਂ ਗੁਰਮਖਾਨੇ ਉਹ ਜੁਗਤ ਉਹ ਤਰੀਕਾ ਦੱਸਿਆ ਵੀ ਖੇੜ ਸਾਰੀ ਧਿਆਨ ਦੀ ਹੈ ਜੇ ਤੁਹਾਡਾ ਧਿਆਨ ਨਹੀਂ ਹੈ ਇਹ ਸਿਮਰਨ ਦੇ ਵਿੱਚ ਇਹ ਗੁਰੂ ਦਾ ਮੰਤਰ ਤੁਹਾਡੇ ਹਿਰਦੇ ਵਿੱਚ ਨਹੀਂ ਵਸੇਗਾ ਇਹ ਸ਼ਬਦ ਤੁਹਾਡੇ ਹਿਰਦੇ ਵਿੱਚ ਨਹੀਂ ਵਸੇਗਾ ਜਿੰਨਾ ਚਿਰ ਇਹ ਸ਼ਬਦ ਹਿਰਦੇ ਵਿੱਚ ਨਾ ਵੱਸਿਆ ਇਧਰ ਧਿਆਨ ਨਾ ਹੋਇਆ ਮਾਲਕ ਨਰੰਗਕਾਰ ਦਾ ਤੁਹਾਨੂੰ ਭੇਤ ਨਹੀਂ ਹੋਣਾ ਤਾਂ ਹੀ ਸਾਨੂੰ ਸਮਝਾਇਆ ਨਾ RAM RAM ਕਰਤਾ ਸਭ ਜਗ ਫਿਰੇ RAM ਨਾ ਪਾਇਆ ਕਿਉਂਕਿ ਸਾਡਾ ਧਿਆਨ ਨਹੀਂ ਮੁਖ ਤੋ ਅਸੀਂ ਉਚਾਰਨ ਕਰ ਰਹੇ ਹਾਂ ਸਿਮਰਨ ਕਰ ਰਹੇ ਹਾਂ ਗੁਰਮਖਾ ਨੇ ਸਾਨੂੰ ਇਹ ਸਮਝਾ ਦਿੱਤਾ ਇਹ ਕਰਦਿਆ ਹੋਇਆ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਇਹ ਕਰਦਿਆ ਹੋਇਆ ਤੁਹਾਡੇ ਇਹ ਮਨ ਦੀ ਅਗਣ ਨਹੀਂ ਬੁਝਦੀ ਜਿਹੜਾ ਇਹ ਮਨ ਹੈ ਨਾ ਇਹ ਅਗਣ ਵਿੱਚ ਰਹਿੰਦਾ ਹੈ ਵਿਚਾਰਾਂ ਵਿੱਚ ਰਹਿੰਦਾ ਜੀ ਇਹ ਸਿਮਰਨ ਕਰਦਿਆ ਹੋਇਆ ਮਨ ਕਰੋਧੀ ਵੀ ਰਹਿੰਦਾ ਮਨ ਹੰਕਾਰੀ ਵੀ ਰਹਿੰਦਾ ਲੋਭੀ ਵੀ ਰਹਿੰਦਾ ਹੈ ਉਹ ਗੁਰਮਖਾ ਨੇ ਆਪਾਂ ਨੂੰ ਇਹ ਗਿਆਨ ਦਿੱਤਾ ਇਹ ਭੇਦ ਦਿੱਤਾ ਕੇਵਲ ਬੋਲਣਾ ਨਹੀਂ ਅਸੀਂ ਤਾਂ ਹੀ ਹੋਈ ਬੋਲ ਰਹੇ ਆ ਸਾਨੂੰ ਜੁਗਤੀ ਨਹੀਂ ਤਰੀਕਾ ਨਹੀਂ ਕਹਿੰਦੇ ਆ ਜੀ ਸਿਮਰਨ ਤਾਂ ਕਰਦੇ ਆ ਲੇਕਿਨ ਮਨ ਨਹੀਂ ਟਿਕਦਾ ਬਾਣੀ ਦਾ ਪੜ੍ਹਦੇ ਆ ਲੇਕਿਨ ਸਾਡੇ ਇਹ ਮਨ ਨੂੰ ਸੁੱਖ ਨਹੀਂ ਮਿਲਦਾ ਰਸ ਨਹੀਂ ਆਉਂਦਾ ਆਨੰਦ ਨਹੀਂ ਆਉਂਦਾ ਸਤਿਗੁਰ ਦੀ ਬਾਣੀ ਰਹੀ ਗੁਰਮਖਾ ਨੇ ਆਪਾਂ ਨੂੰ ਗਿਆਨ ਦਿੱਤਾ ਖੇੜ ਸਾਰੀ ਧਿਆਨ ਦੀ ਜਿੱਧਰ ਤੁਹਾਡਾ ਧਿਆਨ ਹੈ ਉਹ ਤੁਹਾਡਾ ਸਿਮਰਨ ਹੈ ਜਿੱਧਰ ਵੀ ਤੁਹਾਡਾ ਧਿਆਨ ਹੈ ਉਹ ਤੁਹਾਡਾ ਸਿਮਰਨ ਹੈ ਉਸ ਸਿਮਰਨ ਦਾ ਫਲ ਤੁਹਾਨੂੰ ਮਿਲਦਾ ਹੈ ਲੇਕਿਨ ਜਿਹੜਾ ਆਪਾਂ ਨੂੰ ਗੁਰਬਾਣੀ ਵਿੱਚ ਗੁਰੂ ਦੀ ਮਤ ਅਨੁਸਾਰ ਸਮਝਾਇਆ ਹੈ ਇਹ ਸਾਡੇ ਸਿਮਰਨ ਨੇ ਸਾਡੇ ਇਹ ਮਨ ਨੂੰ ਇਹ ਆਉਣ ਜਾਣ ਦੇ ਗੇੜ ਤੋਂ ਮੁਕਤ ਕਰਾਉਣਾ ਹੈ। ਇੱਕ ਸਿਮਰਨ ਜਿਹੜਾ ਧਿਆਨ ਨੂੰ ਸਾਡਾ ਜਿਹੜਾ ਸਾਨੂੰ ਜਨਮ ਮਰ ਦੇ ਵਿੱਚ ਲੈ ਆਉਂਦਾ ਏ। ਉਹ ਫਿਰ ਗੁਰਬਾਣੀ ਦੇ ਰਾਹੀਂ ਆਪਾਂ ਨੂੰ ਗਿਆਨ ਦਿੱਤਾ ਹਾਲ ਤਾਂ ਸਾਡੇ ਮਨ ਦੀ ਵੀ ਇਹ ਹੈ ਅਸੀਂ ਰਸਨਾ ਦੁਆਰਾ ਉਚਾਰਨ ਕਰਦੇ ਆਂ ਲੇਕਿਨ ਧਿਆਨ ਸਾਡਾ ਕਦੀ ਘਰ ਦੇ ਵਿੱਚ ਕਦੀ ਪਰਿਵਾਰ ਦੇ ਵਿੱਚ ਕਦੀ ਇਹ ਸੰਸਾਰ ਦੇ ਕਰਮ ਦੇ ਵਿੱਚ ਕਦੀ ਦੂਸਰੇ ਦੇ ਘਰ ਦੇ ਵਿੱਚ ਜਿੱਦਰ ਸਾਡਾ ਇਹ ਧਿਆਨ ਹੁੰਦਾ ਆ ਇਹ ਸਿਮਰਨ ਜਿਹੜਾ ਹੈ ਅਸੀਂ ਉਸ ਦਾ ਕਰਨਾ ਸ਼ੁਰੂ ਕਰ ਦਿੰਦੇ ਆਂ ਮੁੱਖ ਤੋਂ ਬੋਲ ਰਿਹਾ ਹੈ ਲੇਕਿਨ ਜਿੱਧਰ ਸਾਡਾ ਧਿਆਨ ਹੋ ਗਿਆ ਉਹ ਚੀਜ਼ ਨੇ ਸਾਡੇ ਅੰਦਰ ਵਸ ਜਾਣਾ ਹੈ ਐਸੇ ਕਰਕੇ ਹੀ ਆਪਣਾ ਜਿਹੜਾ ਇਹ ਗਿਆਨ ਆਪਾਂ ਨੂੰ ਦਿੱਤਾ ਹੈ ਸਤਿਗੁਰ ਦੀ ਬਾਣੀ ਰਾਹੀਂ ਸਿਮਰਨ ਕੀਤਾ ਹੈ ਪਿਛਲੇ ਜਨਮਾਂ ਦੇ ਵਿੱਚ ਵੀ ਕਿਸੇ ਨੇ ਧਿਆਨ ਲਾਈ ਰੱਖਿਆ ਆਪਣੇ ਘਰ ਦੇ ਵਿੱਚ ਕਿਸੇ ਦਾ ਇਹ ਸਰੀਰ ਦੇ ਵਿੱਚ ਧਿਆਨ ਲੱਗ ਰਿਹਾ ਹੈ ਇਹ ਸਵਾਸ ਖਰਚ ਕਰਦਾ ਰਿਹਾ ਉਹ ਇੰਦੇ ਰਹੀ ਵਪਾਰ ਕਰਦਾ ਰਿਹਾ ਉਹ ਦਿਹਾੜੀ ਕਰਦਾ ਰਿਹਾ ਉਸ ਧਿਆਨ ਦਾ ਫਲ ਜਿਹੜਾ ਸਾਨੂੰ ਪਾਤਸ਼ਾਹ ਨੇ ਗੁਰਬਾਣੀ ਵਿੱਚ ਗਿਆਨ ਦਿੱਤਾ ਅੱਗੇ ਵੀ ਤੁਸੀਂ ਜੋ ਵੀ ਜੀਵ ਸੰਸਾਰ ਤੇ ਆਇਆ ਉਹ ਸਿਮਰਨ ਕਰਦਾ ਜਿਨੂੰ ਪਾਤਸ਼ਾਹ ਕਹਿੰਦੇ ਨਾਮ ਤੇਰਾ ਸਭ ਕੋਈ ਲੈਤ ਹੈ ਜੇਤੀ ਆਵਣ ਜਾਣੇ ਹੁਣ ਕਹਿੰਦਾ ਕੀ ਤਾ ਕਿਸੇ ਨੇ ਇਹ ਸਿਮਰਨ ਕੀਤਾ ਧਿਆਨ ਰੱਖਿਆ ਘਰ ਦੇ ਵਿੱਚ ਇਹ ਸਾਡੇ ਸਰੀਰ ਨੂੰ ਵੀ ਘਰ ਕਹਿ ਦਿੱਤਾ ਆ ਪਿੰਡ ਕਹਿ ਦਿੱਤਾ ਦੇਸ਼ ਕਹਿ ਦਿੱਤਾ ਆ ਘਰ ਕਹਿ ਦਿੱਤਾ ਆ ਇਹਦੇ ਵਿੱਚ ਧਿਆਨ ਰੱਖਿਆ ਜਿੰਦੇ ਵਿੱਚ ਧਿਆਨ ਰੱਖਿਆ ਉਹ ਸਾਡੇ ਅੰਦਰ ਵੱਸ ਗਿਆ ਉਸ ਚੀਜ਼ ਨੂੰ ਅਸੀਂ ਆਪਣੇ ਅੰਦਰ ਵਸਾਇਆ ਉਸ ਸਿਮਰਨ ਦਾ ਸਾਨੂੰ ਫਲ ਕੀ ਮਿਲਿਆ ਜਿਹੜਾ ਹੁਣ ਵੀ ਪਾਤਸ਼ਾਹ ਕਹਿੰਦੇ ਤੁਸੀਂ ਸਾਵਧਾਨ ਰਹਿਣਾ ਹੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੇ ਪ੍ਰੇਤ ਜੋਣ ਵਲਵਲ ਉਧ ਰਹੇ ਇਹ ਸਾਡਾ ਸਿਮਰਨ ਹੈ ਸਾਡਾ ਧਿਆਨ ਹੈ ਜਿਹੜਾ ਇਹ ਸਵਾਸਾਂ ਦੇ ਰਾਹੀ ਅਸੀਂ ਦਿਹਾੜੀ ਕਰਨੀ ਅਸੀਂ ਬਿਜ਼ਨਸ ਕਰਨਾ ਜਿਹੜਾ ਅਸੀਂ ਇਹ ਖੇਡ ਖੇਡਨੀ ਜਿਹੜਾ ਅਸੀਂ ਇਹ ਸੇਵਾ ਕਰਨੀ ਨੌਕਰ ਬਣ ਕੇ ਚੱਲਣਾ ਸਤਿਗੁਰੂ ਦੀ ਬਾਣੀ ਵਿੱਚ ਆਪਾਂ ਨੂੰ ਇਹ ਗਿਆਨ ਦਿੱਤਾ ਹੈ ਕਿ ਇਹ ਸਵਾਸ ਸਾਡੇ ਜਿਹੜੇ ਪਾਸੇ ਧਿਆਨ ਲਾ ਕੇ ਅਸੀਂ ਖਰਚ ਕਰੀ ਗਏ ਉਹ ਜਿਆ ਸਾਨੂੰ ਫਲ ਮਿਲ ਜਾਂਦਾ ਹੈ ਕਈ ਗੁਰਮਖ ਨੇ ਇਹ ਸਾਰਾ ਸਮਾਂ ਆਪਣਾ ਕੱਢ ਦਿੱਤਾ ਧੀਆਂ ਪੁੱਤਰਾਂ ਦੇ ਵਿੱਚ ਧਿਆਨ ਰੱਖ ਕੇ। ਸਵਾਸ ਲਈ ਜਾ ਰਹੇ ਨੇ। ਇਹ ਸਿਮਰਨ ਚੱਲ ਰਿਹਾ। ਉਹ ਜਿਹੜੇ ਆਕਾਰ ਨੇ ਉਹ ਸਾਡੇ ਅੰਦਰ ਵੱਸ ਜਾਂਦੇ ਨੇ। ਉਹਨਾਂ ਦੀਆਂ ਆਵਾਜ਼ਾਂ ਸਾਡੇ ਅੰਦਰ ਵੱਸ ਜਾਂਦੀਆਂ ਨੇ। ਸਤਿਗੁਰ ਦੀ ਬਾਣੀ ਰਹੀ ਆਪਾਂ ਨੂੰ ਗਿਆਨ ਦਿੰਦਾ। ਭੇਦ ਦਿੰਦਾ ਜੇ ਇਹੀ ਸਿਮਰਨ ਤੁਹਾਡਾ ਚੱਲਦਾ ਰਿਹਾ। ਐਵੇਂ ਤੁਸੀਂ ਕਰਦੇ ਰਹੇ। ਜਿਹੜਾ ਇਹ ਮਾਨਸ ਜਨਮ ਹੈ ਇਸ ਤੋਂ ਅੱਗੇ ਵੀ ਤੁਸੀਂ ਵਿਚਰਦੇ ਆਏ ਹੋ ਤੇ ਇਹ ਸੁਵਾਸ ਜਿਹੜੇ ਇਹ ਖਤਮ ਹੋਣ ਤੇ ਸਮਾਂ ਖਤਮ ਹੋਣ ਤੇ ਇਹ ਸਿਮਰਨ ਨੇ ਤੁਹਾਨੂੰ ਕਿਹੜੀ ਜੁਗਨ ਦੇ ਵਿੱਚ ਲੈ ਜਾਣਾ ਹੈ ਜਿਹੜੀ ਸਾਡੇ ਇਹ ਮਨ ਦੀ ਇੱਛਾ ਹੈ ਉਹ ਪੂਰਨ ਹੋ ਜਾਣੀ ਧੀਆਂ ਪੁੱਤਰਾਂ ਵਿੱਚ ਧਿਆਨ ਹੈ ਤੇ ਸਾਨੂੰ ਸਤਿਗੁਰ ਦੀ ਬਾਣੀ ਵਿੱਚ ਗਿਆਨ ਦਿੱਤਾ ਇਹ ਸਾਡੀ ਇੱਛਾ ਪੂਰਨ ਹੋ ਜਾਂਦੀ ਹੈ ਸੂਰਜ ਉਹਨਾਂ ਵਿੱਚ ਜਾ ਕੇ ਮਾਰੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਆ ਜਿੱਥੇ ਆਪਾਂ ਇੱਥੇ ਰਹਿੰਦਿਆਂ ਹੋਇਆਂ ਆਪ ਇਹ ਧਿਆਨ ਪਰਪੱਕ ਕਰੀ ਜਾਂਦੇ ਆ ਨਾਲ ਦੂਸਰਿਆਂ ਦਾ ਪਰਪੱਕ ਕਰੀ ਜਾਂਦੇ ਆ ਇਹਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਸਾਡੇ ਇਹ ਮਨ ਦੇ ਵਿਚਾਰ ਚੱਲਦੇ ਨੇ ਨਾ ਤੇ ਸਤਿਗੁਰ ਕਹਿੰਦੇ ਜੇ ਹੁਣ ਵੀ ਤੁਹਾਡਾ ਇਹੀ ਧਿਆਨ ਰਿਹਾ ਤੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾ ਦਿੱਤਾ ਅੰਤ ਕਾਲ ਜੋ ਲੜਕਾ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸੂਰਜੋਂ ਉਬਲ ਬਲੋ ਉਤਰੇ ਇਸੇ ਤਰ੍ਹਾਂ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਕਰਮ ਨਾਲ ਜੁੜ ਗਏ ਅਸੀਂ ਇਹ ਸੰਸਾਰ ਦੀ ਧਨ ਦੌਲਤ ਇਕੱਠੀ ਕਰਨ ਵਾਲੇ ਪਾਸੇ ਸਾਡਾ ਧਿਆਨ ਹੋ ਗਿਆ ਇਹ ਕਰਮ ਜਿਹੜਾ ਅਸੀਂ ਕਰਦਿਆ ਹੋਇਆ ਉਹ ਵਿਧੀ ਉਹ ਤਰੀਕਾ ਜਿਹੜਾ ਇਹਦੇ ਤੋਂ ਨਿਰਲੇਪ ਹੋਣ ਦਾ ਜੇ ਨਹੀਂ ਸਿੱਖਿਆ ਇਹਦੇ ਵਿੱਚ ਮਨ ਖੋਭ ਗਿਆ ਸਾਡਾ ਇਹਦਾ ਸਿਮਰਨ ਚੱਲਦਾ ਰਿਹਾ ਤੇ ਪਾਤਸ਼ਾਹ ਕਹਿੰਦੇ ਵਾਰ-ਵਾਰ ਜਿਹੜਾ ਹੈ ਨਾ ਸਰਪ ਦੀ ਜੂਣ ਦੇ ਵਿੱਚ ਚਲੇ ਜਾਣਾ ਹੈ ਜੇ ਦੂਸਰੇ ਘਰ ਦੇ ਵਿੱਚ ਧਿਆਨ ਰਹਿ ਗਿਆ ਵੇਸਵਾ ਦੀ ਜੂਣ ਵਿੱਚ ਚਲੇ ਜਾਣਾ ਹੈ ਤੇ ਜਿਹੜਾ ਆਪਣੇ ਹਿਰਦੇ ਵਿੱਚ ਮਾਲਕ ਨਿਰੰਕਾਰ ਨੂੰ ਬਸਾਉਣ ਵਾਸਤੇ ਉਹਨਾਂ ਜੁਗਤ ਦੱਸੀ ਤਰੀਕਾ ਦੱਸਿਆ ਭਗਤੀ ਦਾ ਕਿ ਜਿਹੜਾ ਇਹ ਵਾਰ-ਵਾਰ ਤੁਸੀਂ ਇਹ ਸੰਸਾਰ ਦੀ ਭਗਤੀ ਕਰਕੇ ਇਹ ਆਕਾਰਾਂ ਦੀ ਭਗਤੀ ਕਰਕੇ ਇਸ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਿਆਂ ਹੋਇਆਂ ਇਹ 84 ਲੱਖ ਦਾ ਜਿਹੜਾ ਦੁੱਖ ਜਿਹੜਾ ਆ ਇਹਨੂੰ ਵਾਰ-ਵਾਰ ਜਿਹੜਾ ਦੁਖੀ ਹੁੰਦੇ ਰਹਿੰਦੇ ਆ ਉਹ ਤੁਸੀਂ ਹੁਣ ਜੇ ਮਾਲਕ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਲਓਗੇ ਉਸ ਦਾ ਧਿਆਨ ਤੁਸੀਂ ਕਰਕੇ ਇਹ சுவாਸ ਆਪਣੇ ਖਰਚ ਕਰੋਗੇ ਮਾਲਕ ਨਿਰੰਕਾਰ ਤੁਹਾਡੇ ਹਿਰਦੇ ਵਿੱਚ ਵਸ ਜਿਗਾ ਜਿਹੜਾ ਆਪਾਂ ਨੂੰ ਗੁਰਬਾਣੀ ਰਹੀ ਉਹਨਾਂ ਨੇ ਗਿਆਨ ਦਿੱਤਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੇ ਬਦਤ ਤਲੋਚਨ ਤੇ ਨਰ ਮੁਕਤ ਪੀਤੰਬਰ ਵਾਖ ਰਿਹਾਦਾ ਬਸ ਜਿਸ ਨੇ ਆਕਾਰਾਂ ਨੂੰ ਛੱਡ ਕੇ ਨਿਰਆਕਾਰ ਨੂੰ ਹਿਰਦੇ ਵਿੱਚ ਵਸਾ ਲਿਆ ਉਸ ਨੇ ਮੁਕਤ ਹੋਣਾ ਹੈ ਜਿਸ ਨੇ ਗੁਰੂ ਦੀ ਮਾਤ ਧਾਰਨ ਕਰਕੇ ਇਹ ਧਿਆਨ ਜਿਵੇਂ ਹੁਣ ਆਪਾਂ ਨੂੰ ਗੁਰਮਖਾਨੇ ਸਮਝਾਇਆ ਹੈ ਭਗਤੀ ਦਾ ਮਾਰਗ ਦੱਸਿਆ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਗਿਆਨ ਦਿੱਤਾ ਹੈ ਵੀ ਹੁਣ ਜਿਹੜਾ ਤੁਹਾਡਾ ਧਿਆਨ ਅੱਗੇ ਜਿੱਥੇ ਰਹਿੰਦਾ ਦ੍ਰਿਸ਼ਮਾਨ ਦੇ ਵਿੱਚ ਉਹਦੀ ਭਗਤੀ ਕਰਦੇ ਜੇ ਹੁਣ ਤੁਸੀਂ ਭਗਤੀ ਕਰਨੀ ਆ ਮਾਲਕ ਨਿਰੰਕਾਰ ਦੇ ਮਲਾਪ ਵਾਸਤੇ ਹੁਣ ਤੁਸੀਂ ਮਾਲਕ ਨਿਰੰਕਾਰ ਨੂੰ ਹਿਰਦੇ ਵਿੱਚ ਵਸਾਉਣਾ ਹੈ ਉਹ ਤਾਂ ਹਿਰਦੇ ਵਿੱਚ ਵਸੇਗਾ ਜੇ ਇਹ ਸੰਸਾਰ ਤੁਹਾਡੇ ਹਿਰਦੇ ਵਿੱਚੋਂ ਨਿਕਲੇਗਾ ਜੇ ਇਹ ਵਿਚਾਰ ਤੁਹਾਡੇ ਹਿਰਦੇ ਵਿੱਚੋਂ ਨਿਕਲਣਗੇ ਫੇਰ ਉਸ ਨੇ ਵਸਣਾ ਤੁਹਾਡੇ ਅੰਦਰ ਉਹ ਸੰਭਾਲਕ ਨਿਰੰਕਾਰ ਨੂੰ ਹਿਰਦੇ ਵਿੱਚ ਬਸਾਉਣ ਵਾਸਤੇ ਇਹ ਮਾਇਆ ਨੂੰ ਆਪਣੇ ਹਿਰਦੇ ਵਿੱਚੋਂ ਕੱਢਣ ਵਾਸਤੇ ਫੇਰ ਆਪਾਂ ਨੂੰ ਇਹ ਸ਼ਬਦ ਦੱਸਿਆ ਜਿਹੜਾ ਆਪਾਂ ਇਹ ਸਿਮਰਨ ਕਰਨਾ ਅਭਿਆਸ ਕਰਨਾ ਗੁਰੂ ਦਾ ਸ਼ਬਦ ਜਿਹੜਾ ਅਸੀਂ ਦ੍ਰਿੜ ਕਰਨਾ ਹੈ ਸੱਚ ਨੂੰ ਨਿਰੰਕਾਰ ਨੂੰ ਜਿਹੜਾ ਅਸੀਂ ਤੇ ਆਉਣਾ ਹੈ ਉਸ ਮਾਲਕ ਨਿਰੰਕਾਰ ਨੂੰ ਜਿਹੜਾ ਤਿੰਨ ਤਰੀਕਿਆਂ ਨਾਲ ਆਪਾਂ ਨੂੰ ਸਤਿਗੁਰ ਦੀ ਬਾਣੀ ਵਿੱਚ ਦੱਸਿਆ ਹੈ ਵੇਖਣ ਸੁਣਨ ਸਨਾਵਣੋਂ ਮਨ ਮੈਂ ਦ੍ਰਿੜੀਐ ਸੱਚ ਇੱਕ ਤਾਂ ਆਪਾਂ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਜਦੋਂ ਸਾਡਾ ਭਰਮ ਦਾ ਪਰਦਾ ਪਾਸੇ ਕਰਦੇ ਨੇ ਮਾਲਕ ਨਿਰੰਕਾਰ ਦੇ ਦਰਸ਼ਨ ਕਰਦੇ ਆ ਦੇਖ ਦੇਖ ਕੇ ਉਹ ਸੱਚ ਨਿਰੰਕਾਰ ਨੂੰ ਹਿਰਦੇ ਵਿੱਚ ਵਸਾਉਨੇ ਆ ਦੂਸਰਾ ਆਪਾਂ ਨੂੰ ਗਿਆਨ ਦਿੱਤਾ ਮਹਾਪੁਰਖਾਂ ਨੇ ਜਿਹੜਾ ਆਪਾਂ ਉਸ ਮਾਲਕ ਨਿਰੰਕਾਰ ਦੀ ਆਵਾਜ਼ ਜੋ ਹੈ ਜਿਸ ਨੂੰ ਨਾਮ ਕਿਹਾ ਸ਼ਬਦ ਕਿਹਾ ਜਿਸ ਨੂੰ ਸਹਿਤੁਨ ਕਿਹਾ ਨਾਦ ਕਿਹਾ ਉਸ ਨੂੰ ਜਦੋਂ ਸੁਣਦੇ ਆ ਉਹ ਸਾਡੇ ਮਾਲਕ ਨਿਰੰਕਾਰ ਦੇ ਮੁਖ ਦੀ ਆਵਾਜ਼ ਹੈ ਸੁਣ ਸੁਣ ਕੇ ਸਾਨੂੰ ਉਹ ਸੱਚ ਨਿਰੰਕਾਰ ਦ੍ਰਿੜ ਹੁੰਦਾ ਹੈ ਜਿਹੜਾ ਆਪਾਂ ਇਹ ਗੁਰਮੰਤਰ ਦ੍ਰਿੜ ਕਰਦੇ ਆਂ ਇਹ ਜਿਹੜੀ ਸਾਨੂੰ ਜੁਗਤੀ ਦੱਸੀ ਤਰੀਕਾ ਦੱਸਿਆ ਹੈ ਵੀ ਇਹ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਓ ਮਾਲਕ ਨਿਰੰਕਾਰ ਤੁਹਾਨੂੰ ਵਿਸਰੇਗਾ ਨਹੀਂ ਜਿਹੜਾ ਆਪਾਂ ਨੂੰ ਦੱਸਿਆ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਇਹ ਗੁਰੂ ਦੇ ਸ਼ਬਦ ਨੇ ਸਾਨੂੰ ਮਾਇਆ ਤੋਂ ਮੁਕਤ ਕਰਾਉਣਾ ਹੈ ਇਹ ਗੁਰੂ ਦੇ ਸ਼ਬਦ ਨੇ ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰਾਉਣਾ ਜਿਨ੍ਹਾਂ ਵਿੱਚ ਵੱਜਾ ਹੋਇਆ ਸਾਡਾ ਇਹ ਮਨ ਇਹ ਤ੍ਰੈਗੁਣਾ ਦਾ ਸਿਮਰਨ ਕਰੀ ਜਾਂਦਾ ਹੈ ਮਾਇਆ ਦਾ ਸਿਮਰਨ ਕਰੀ ਜਾਂਦਾ ਹੈ ਤੇ ਸਤਿਗੁਰ ਦੀ ਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾ ਜਿਸ ਮਾਲਕ ਨਿਰੰਕਾਰ ਨੂੰ ਮਿਲਣਾ ਹੈ ਉਹ ਤ੍ਰੈਗੁਣਾ ਵਿੱਚ ਨਹੀਂ ਮਿਲਦਾ ਜੇ ਸੱਚ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ ਉਹ ਕਿੱਥੇ ਵੱਸਦਾ ਹੈ ਉਹ ਆਪਾਂ ਨੂੰ ਗੁਰਬਾਣੀ ਰਹੀਂ ਗਿਆਨ ਦਿੱਤਾ ਉਹਨਾਂ ਨੇ ਸਹਿਜ ਸੁਣ ਮੈਂ ਰਹਾ ਸਮਾਏ ਮਾਲਕ ਨਿਰੰਕਾਰ ਸਹਿਜ ਵਿੱਚ ਬੈਠਾ ਜੀ ਮਾਲਕ ਨਿਰੰਕਾਰ ਸੁਣ ਵਿੱਚ ਬੈਠਾ ਹੈ ਜਿੰਨਾ ਚਿਰ ਤੁਹਾਡਾ ਇਹ ਮਨ ਉਸ ਅਵਸਥਾ ਵਿੱਚ ਨਹੀਂ ਜਾਂਦਾ ਇਸ ਨੂੰ ਮਲਾਪ ਨਹੀਂ ਹੁੰਦਾ ਉਹ ਫਿਰ ਗੁਰਬਾਣੀ ਰਹੀ ਆਪਾਂ ਨੂੰ ਉਹਨਾਂ ਨੇ ਗਿਆਨ ਦਿੱਤਾ ਤ੍ਰੈ ਗੁਣਾ ਵਿੱਚ ਸਹਿਜ ਨਾ ਉਪਜੈ ਤ੍ਰੈ ਗੁਣ ਭਰਮ ਭੁਲਾਏ ਪਾਤਸ਼ਾਹ ਕਹਿੰਦੇ ਇਹ ਜਿੰਨਾ ਚਿਰ ਵਿਚਾਰਾਂ ਦੇ ਵਿੱਚ ਸਿਮਰਨ ਕਰਦੇ ਰਹੇ ਇਹ ਤ੍ਰੈਗੁਣਾ ਦਾ ਸਿਮਰਨ ਕਰਦੇ ਰਹੇ ਮਨ ਉਸ ਅਵਸਥਾ ਵਿੱਚ ਨਹੀਂ ਜਾਣਾ ਤੁਹਾਡਾ ਉਸ ਮਾਲਕ ਨਿਰੰਕਾਰ ਦਾ ਮੁਲਾਪ ਨਹੀਂ ਹੋਣਾ ਗੁਰਬਾਣੀ ਰਹੀ ਆਪਾਂ ਨੂੰ ਉਹਨਾਂ ਨੇ ਸਮਝਾਇਆ ਤੁਸੀਂ ਆਪਣੇ ਇਹ ਮਨ ਨੂੰ ਇਹ ਤ੍ਰੈਗੁਣਾ ਦੇ ਬੰਧਨਾਂ ਤੋਂ ਆਜ਼ਾਦ ਕਰੋਗੇ ਫਿਰ ਉਸ ਮਾਲਕ ਨਿਰੰਕਾਰ ਦੀ ਪ੍ਰਾਪਤੀ ਹੋਏਗੀ ਜਿਹੜਾ ਆਪਾਂ ਨੂੰ ਗੁਰਮਖਾ ਨੇ ਸਮਝਾ ਦਿੱਤਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਉਹ ਵਖਰਾ ਏ ਇਹ ਤ੍ਰੈ ਗੁਣਾ ਦੇ ਬੰਧਨਾਂ ਤੋਂ ਆਜ਼ਾਦ ਤੁਹਾਨੂੰ ਗੁਰੂ ਦੇ ਸ਼ਬਦ ਨੇ ਕਰਾਉਣਾ ਏ ਤੁਸੀਂ ਇਸ ਤਰੀਕੇ ਨਾਲ ਇਹ ਸ਼ਬਦ ਵਿੱਚ ਧਿਆਨ ਲਾਉਣਾ ਏ ਕਿ ਜਿਹੜਾ ਤੁਹਾਡਾ ਇਹ ਧਿਆਨ ਮਾਇਆ ਦੇ ਵਿੱਚ ਲੱਗਾ ਹੋਇਆ ਇਹ ਤ੍ਰੈ ਗੁਣਾ ਵਿੱਚ ਲੱਗਾ ਹੋਇਆ ਇਹ ਉਲਟ ਜੇ ਬਦਲ ਜੇ ਜਿਹੜਾ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਹੈ ਤ੍ਰੈ ਵਿਦ ਬੰਧਨ ਟੁੱਟ ਹੈ ਗੁਰ ਸ਼ਬਦ ਦੀ ਗੁਰ ਸ਼ਬਦ ਦੀ ਮੁਕਤ ਕਰਾਉਣਿਆ ਪਾਤਸ਼ਾਹ ਕਹਿੰਦੇ ਇਹ ਗੁਰੂ ਦੇ ਸ਼ਬਦ ਨੇ ਸਾਨੂੰ ਮੁਕਤ ਕਰਾਉਣਾ ਹੈ ਇਹ ਗੁਰੂ ਦੇ ਸ਼ਬਦ ਨੇ ਸਾਨੂੰ ਛਡਾਉਣਾ ਹੈ ਇਹ ਗੁਰੂ ਦੇ ਸ਼ਬਦ ਨੇ ਸਾਨੂੰ ਆਪਣੇ ਉਸ ਘਰ ਦੇ ਵਿੱਚ ਲੈ ਕੇ ਜਾਣਾ ਹੈ ਜਿਹੜਾ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਹੈ ਵੀ ਇਹ ਜਿਹੜਾ ਵਾਹਿਗੁਰੂ ਆਪਾਂ ਕਹਿੰਦੇ ਆ ਨਾ ਇਹ ਸੱਚ ਨਿਰੰਕਾਰ ਦੇ ਜਿਹੜਾ ਵਖ ਵਖ ਭਗਤਾਂ ਨੇ ਉਸ ਨੂੰ ਵਖ ਵਖ ਨਾਵਾਂ ਦੇ ਨਾਲ ਯਾਦ ਕੀਤਾ ਇਹ ਵਾਹਿਗੁਰੂ ਗੁਰੂ ਨਾਨਕ ਦੇ ਘਰ ਨੇ ਉਹ ਸੱਚ ਨੂੰ ਕਿਹਾ ਨਿਰੰਕਾਰ ਨੂੰ ਕਿਹਾ ਜਦੋਂ ਤੁਸੀਂ ਇਹ ਮੰਤਰ ਦ੍ਰਿੜ ਕਰਦੇ ਹੋ ਇਹ ਨਾਮ ਹੈ ਉਹ ਸੱਚ ਦਾ ਨਿਰੰਕਾਰ ਦਾ ਜਿਹੜਾ ਅਸੀਂ ਇਹ ਅਰਧਨਾ ਕਰਨੀ ਹੈ ਜਿਸ ਨਾਮ ਨੇ ਵੀ ਸਾਨੂੰ ਇਹ ਦੁਆਰਾ ਵਿਚਾਰਾਂ ਵਿੱਚ ਨਹੀਂ ਜਾਣ ਦੇਣਾ ਕਿਉਂਕਿ ਵਿਚਾਰਾਂ ਦੇ ਵਿੱਚ ਹੀ ਜਨਮ ਮਰਨ ਹੈ ਇਹ ਮਾਇਆ ਦੇ ਵਿੱਚ ਹੀ ਜਨਮ ਮਰਨ ਹੈ ਜਿਹਨੂੰ ਗੁਰਬਾਣੀ ਵਿੱਚ ਦੱਸ ਰਹੇ ਨੇ ਇਹ ਆ ਮਾਇਆ ਮਹਿ ਜਨਮੇ ਮਰਨ ਜਦੋਂ ਅਸੀਂ ਤ੍ਰੈਗੁਣਾ ਤੋਂ ਅਤੀਤ ਹੋ ਗਏ ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਗਏ ਤੇ ਸਾਡਾ ਇਹ ਸੰਸਾਰ ਦੇ ਵਿੱਚ ਆਉਣਾ ਜਾਣਾ ਖਤਮ ਹੋ ਜਾਣਾ ਹੈ ਇਸੇ ਕਰਕੇ ਹੀ ਉਸ ਘਰ ਦਾ ਜਿਹੜਾ ਸੁਖ ਹੈ ਨਾ ਲੈਣ ਵਾਸਤੇ ਆਪਾਂ ਨੂੰ ਕਹਿੰਦੇ ਇਸ ਤਰੀਕੇ ਨਾਲ ਸਿਮਰਨ ਕਰਨਾ ਜਿਹੜਾ ਮਹਾਪੁਰਖਾਂ ਨੇ ਆਪਾਂ ਨੂੰ ਹੁਣ ਧਿਆਨ ਦੱਸਿਆ ਸਭ ਤੋਂ ਪਹਿਲਾਂ ਤੁਸੀਂ ਧਿਆਨ ਜਿਹੜਾ ਲਾਉਣਾ ਹੈ ਜੋ ਰਸਨਾ ਦੁਆਰਾ ਉਚਾਰਨ ਕਰਦੇ ਹੋ ਜੋ ਇਹ ਧੁਨ ਪ੍ਰਗਟ ਹੁੰਦੀ ਆ ਇਸ ਧੁਨ ਦੇ ਵਿੱਚ ਤੁਸੀਂ ਧਿਆਨ ਲਾਉਣਾ ਇਸ ਆਵਾਜ਼ ਦੇ ਵਿੱਚ ਤੁਸੀਂ ਧਿਆਨ ਲਾਉਣਾ ਜਦੋਂ ਤੁਸੀਂ ਇਸ ਆਵਾਜ਼ ਦੇ ਵਿੱਚ ਧਿਆਨ ਲਾਓਗੇ ਤੁਹਾਨੂੰ ਗਿਆਨ ਆਉਣਾ ਸ਼ੁਰੂ ਹੋ ਜਾਏਗਾ ਜਿਹੜਾ ਆਪਾਂ ਦੱਸਿਆ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਇਸ ਧਿਆਨ ਨੇ ਹੁਣ ਸਾਨੂੰ ਗਿਆਨ ਕਰਾਉਣਾ ਹੈ ਜੇ ਅਸੀਂ ਸੁਖ ਲੈਣਾ ਚਾਹੁੰਦੇ ਆ ਜੇ ਅਸੀਂ ਮਾਲਿਕ ਨਿਰੰਕਾਰ ਨੂੰ ਮਿਲਣਾ ਚਾਹੁੰਦੇ ਆ ਜੇ ਉਸ ਦੀ ਪ੍ਰਾਪਤੀ ਚਾਹੁੰਦੇ ਆ ਤੇ ਆਪਾਂ ਨੂੰ ਗਿਆਨ ਦਿੱਤਾ ਤੁਸੀਂ ਸਭ ਤੋਂ ਪਹਿਲਾਂ ਇਹ ਗੁਰੂ ਦੇ ਸ਼ਬਦ ਨੂੰ ਡ੍ਰਿਢ ਕਰੋ ਉਹ ਸੱਚ ਨੂੰ ਡ੍ਰਿਢ ਕਰੋ ਜਦੋਂ ਫਿਰ ਆਪਾਂ ਇਹ ਸਿਮਰਨ ਕਰਨਾ ਉਹਨਾਂ ਨੇ ਫਿਰ ਆਪਾਂ ਨੂੰ ਗਿਆਨ ਦਿੱਤਾ ਕੇਵਲ ਬੋਲਣਾ ਨਹੀਂ ਹੈ ਇਹ ਸਿਮਰਨ ਨੂੰ ਤੁਸੀਂ ਸੁਣਨਾ ਹੈ ਜਿਹੜਾ ਪਾਤਸ਼ਾਹ ਕਹਿੰਦੇ ਹਰਕਾ ਸਿਮਰਨ ਸੁਣ ਮੰਨ ਕਾਨੀ ਜਿਹੜਾ ਇਹ ਹਰੀ ਦਾ ਸਿਮਰਨ ਹੈ ਨਾ ਇਸ ਨੂੰ ਤੁਸੀਂ ਸੁਣੋ ਇਸ ਆਵਾਜ਼ ਦੇ ਵਿੱਚ ਧਿਆਨ ਲਾਓ ਇਸ ਧੁਨ ਵਿੱਚ ਧਿਆਨ ਲਾਓ ਸੁਖ ਪਾਵੇਂ ਹਰ ਦੁਆਰ ਉਪਰਾਨੀ ਫਿਰ ਉਸ ਹਰੀ ਦੇ ਦਰ ਦਾ ਸੁਖ ਤੈਨੂੰ ਮਿਲਣਾ ਹੈ ਫਿਰ ਤੇਰੇ ਇਹ ਮਾਨ ਨੇ ਉਸ ਘਰ ਦੇ ਵਿੱਚ ਬਸਣਾ ਜਾ ਕੇ ਜਿਹੜਾ ਆਪਾਂ ਨੂੰ ਤਾਇਓ ਕਹਿੰਦੇ ਹੋਰ ਨਹੀਂ ਸਿਮਰਨ ਕਰਨਾ ਕੋਈ ਹੋਰ ਕਿਤੇ ਧਿਆਨ ਲਾਇਆ ਤੁਹਾਡੇ ਮਾਨ ਨੇ ਸੁੰਨ ਵਿੱਚ ਨਹੀਂ ਜਾਣਾ ਆਪਣੇ ਘਰ ਦੇ ਵਿੱਚ ਨਹੀਂ ਜਾਣਾ ਆਪਾ ਨੂੰ ਤਾਈਓ ਗੁਰੂ ਨਾਨਕ ਦੇ ਘਰ ਨੇ ਸਮਝਾਇਆ ਕਿ ਆ ਜਪ ਜਾਪੋ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਕਰਦੀਸੈ ਬਾਦਸ਼ਾਹ ਕਹਿੰਦੇ ਹੋਰ ਸਾਨੂੰ ਸਿਮਰਨ ਕਰਨ ਦੀ ਕੀ ਲੋੜ ਐ ਜਿਸ ਦੁਆਰਾ ਸਾਨੂੰ ਉਹ ਘਰ ਦਿਸਣਾ ਐ ਜਿਸ ਦੁਆਰਾ ਸਾਨੂੰ ਉਹ ਮਹਿਲ ਦਿਸਣਾ ਐ ਅਸੀਂ ਫਿਰ ਉਹ ਸਿਮਰਨ ਕਰਨਾ ਅਭਿਆਸ ਕਰਨਾ ਐ ਉਹ ਫਿਰ ਗੁਰਮਖਾ ਨੇ ਆਪਾਂ ਨੂੰ ਇਹ ਜੁਗਤ ਸਿਖਾਈ ਤਰੀਕਾ ਸਿਖਾਇਆ ਧਨਮਹਿ ਧਿਆਨ ਮਹਿ ਜਾਣਿਆ ਇਹ দান ਆਪਾਂ ਨੂੰ ਇਹ ਜੁਗਤ ਜਿਹੜੀ ਆਪਾਂ ਨੂੰ ਸਿਖਾਈ ਜਿੰਦੇ ਰਾਹੀ ਸਾਡੇ ਇਹ ਮਨ ਨੇ ਫਿਰ ਭਗਤੀ ਕਰਨੀ ਆ ਜਿਹੜਾ ਸਤਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਆ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਪਾਦਸ਼ਾਹ ਕਹਿੰਦੇ ਤੁਸੀਂ ਇਸ ਤਰੀਕੇ ਨਾਲ ਇਹ ਸਿਮਰਨ ਕਰਦਿਆ ਹੋਇਆ ਅਭਿਆਸ ਕਰਦਿਆ ਹੋਇਆ ਦੂਸਰਿਆਂ ਨੂੰ ਕਰਾਉਣਾ ਹੈ ਇਹ ਦਾਣ ਹੈ ਜਿਹੜਾ ਅਸੀਂ ਕਿਸੇ ਭੁੱਲੇ ਹੋਏ ਜੀਵ ਨੂੰ ਇਹ ਸਹੀ ਰਸਤਾ ਜਿਹੜਾ ਸਮਝਾਉਨੇ ਹੈ ਜਿਸ ਤਰ੍ਹਾਂ ਮਹਾਪੁਰਖਾਂ ਨੇ ਆਪਣੇ ਭੁੱਲੇ ਹੋਏ ਮਨ ਨੂੰ ਇਹ ਰਸਤਾ ਦੱਸਿਆ ਅਸੀਂ ਵਿਚਾਰਾਂ ਦੇ ਵਿੱਚ ਵੀ ਅਸੀਂ ਫੁਰਨਿਆਂ ਦੇ ਵਿੱਚ ਵੀ ਮਾਇਆ ਨੂੰ ਵੀ ਨਹੀਂ ਛੱਡਣਾ ਚਾਹੁੰਨੇ ਤੇ ਕਹਿੰਨੇ ਅਸੀਂ ਭਗਤੀ ਵੀ ਕਰਨੀ ਐ ਸਿਮਰਨ ਵੀ ਕਰਨਾ ਸਤਿਗੁਰ ਦੀ ਬਾਣੀ ਰਹੀ ਆਪਾਂ ਨੂੰ ਗਿਆਨ ਦਿੰਦਾ ਵੀ ਗੱਲ ਇੱਕ ਹੀ ਹੋਣੀ ਐ ਜਾਂ ਤਾਂ ਤੁਹਾਡਾ ਇਹ ਮਨ ਜਿਹੜਾ ਹੈ ਇਹ ਸਿਮਰਨ ਕਰੇ ਅਭਿਆਸ ਕਰੇ ਜਾਂ ਇਹ ਦੁਭਦਾ ਕਰੀ ਜਾਵੇ ਈਰਖਾ ਕਰੀ ਜਾਵੇ ਹਉਮੈ ਹੰਕਾਰ ਕਰੀ ਜਾਵੇ ਨਿੰਦਿਆ ਕਰੀ ਜਾਵੇ ਵੈਰ ਵਿਰੋਧ ਕਰੀ ਜਾਵੇ ਇਹ ਸੰਸਾਰ ਦੇ ਮਾਰਗ ਤੇ ਚੱਲਦਿਆਂ ਹੋਇਆਂ ਤੁਸੀਂ ਭਗਤ ਨਹੀਂ ਬਣ ਸਕਦੇ ਇਹ ਮਾਰਗ ਤੇ ਚੱਲਦਿਆਂ ਹੋਇਆਂ ਤੁਸੀਂ ਮਾਲਕ ਨਰਿੰਕਾਰ ਦੇ ਵਿੱਚ ਸਮਾ ਨਹੀਂ ਸਕਦੇ ਤੁਹਾਡਾ ਆਉਣਾ ਜਾਣਾ ਨਹੀਂ ਖਤਮ ਹੋ ਸਕਦਾ ਐਸੇ ਕਰਕੇ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ ਕਿਤੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਕਿਉਂਕਿ ਰਸਤੇ ਵੱਖਰੇ ਨੇ ਜਿਨ੍ਹਾਂ ਦਾ ਗਿਆਨ ਮਹਾਪੁਰਖਾਂ ਨੇ ਆਪਾਂ ਨੂੰ ਸਮਝਾ ਦਿੱਤਾ ਸਤਿਗੁਰ ਦੀ ਬਾਣੀ ਰਾਹੀ ਲੇਵ ਧਾਤ ਦੁਏ ਰਹਾ ਹੈ ਇਹ ਉਲਟ ਚੱਲਦਾ ਹੈ ਤੇ ਜੇ ਆਪਾਂ ਇਹ ਧਾਤ ਦੇ ਇਹ ਮਾਇਆ ਦੇ ਮਾਰਗ ਤੇ ਚੱਲ ਕੇ ਕਹੀਏ ਅਸੀਂ ਸਹਿਜ ਵਿੱਚ ਬਹਿ ਜਾਾਂਗੇ ਉਹ ਤਾਂ ਰਸਤਾ ਸਾਡੇ ਘਰੋਂ ਨਹੀਂ ਜਾਂਦਾ ਇੱਕ ਹੀ ਰਸਤਾ ਜਿਹੜਾ ਹੈ ਸਾਡੇ ਘਰੋਂ ਜਾਂਦਾ ਹੈ ਜਿਹੜਾ ਗੁਰੂ ਦੇ ਮਤ ਅਨੁਸਾਰ ਚੱਲ ਕੇ ਉੱਥੇ ਬਸਿਆ ਜਾਂਦਾ ਹੈ ਜਿਹੜਾ ਸਤਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਇਆ ਕਹਿੰਦੇ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ ਉਸ ਨਿਜੀ ਅਸਥਾਨ ਤੇ ਨਿਜ ਘਰ ਦੇ ਵਿੱਚ ਵਸਣ ਵਾਸਤੇ ਗੁਰੂ ਜਿਹੜੀ ਆ ਇਹ ਪੌੜੀ ਆ ਉਸ ਪੌੜੀ ਤੇ ਜਿੰਨਾ ਚਿਰ ਗੁਰੂ ਦੀ ਮਤ ਅਨੁਸਾਰ ਅਸੀਂ ਨਹੀਂ ਚੱਲਦੇ ਉਹਨਾਂ ਚਿਰ ਅਸੀਂ ਆਪਣੇ ਘਰ ਦੇ ਵਿੱਚ ਨਹੀਂ ਵਸਦੇ ਤੇ ਜਿਹੜਾ ਇਹ ਰਸਤਾ ਹੈ ਇਹ ਪਿਆਰ ਦਾ ਹੈ ਇਹ ਗੁਰਮਤ ਦਾ ਇਸ ਨੂੰ ਤਾਈਓ ਗੁਰਬਾਣੀ ਵਿੱਚ ਸੰਤ ਮਾਰਕਿਆ ਤਾਈਓ ਸਤਿਗੁਰ ਦੀ ਬਾਣੀ ਦੇ ਵਿੱਚ ਇਸ ਨੂੰ ਪਿਆਰ ਦਾ ਮਾਰਕਿਆ ਜਿਸ ਨੂੰ ਭੁੱਲਣ ਕਰਕੇ ਹੀ ਸਾਡਾ ਮਨ ਅਗਿਆਨੀ ਬਣਦਾ ਹੈ ਜਿਸ ਨੂੰ ਭੁੱਲਣ ਕਰਕੇ ਸਾਡਾ ਮਨ ਮੂਰਖ ਬਣਦਾ ਹੈ ਜਿਹੜਾ ਸਤਿਗੁਰ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਪੰਥਾ ਪ੍ਰੇਮ ਨ ਜਾਣਈ ਭੁੱਲੀ ਫਿਰੈ ਗਵਾਰ ਭਟਕਦੇ ਫਿਰਦੇ ਆਪ ਇਸੇ ਕਰਕੇ ਸਭ ਤੋਂ ਪਹਿਲਾਂ ਗੁਰਮਖੰਦ ਨੇ ਆਪਾਂ ਨੂੰ ਇਹ ਗਿਆਨ ਦਿੱਤਾ ਹੈ ਇਹ ਦਾਨ ਦਿੱਤਾ ਜ ਜਿਹਨੂੰ ਪਾਤਸ਼ਾਹ ਕਹਿੰਦੇ ਆ ਜੀ ਦਾਨ ਦੇ ਭਗਤੀ ਲਾਇਨ ਤੇ ਜਿਨ੍ਹਾਂ ਚਿਰ ਆਪਾਂ ਇਹ ਜੁਗਤ ਨਹੀਂ ਅਪਣਾਉਂਦੇ ਤਰੀਕਾ ਨਹੀਂ ਅਪਣਾਉਂਦੇ ਉਹਨਾਂ ਚਿਰ ਅਸੀਂ ਭਗਤੀ ਨਹੀਂ ਕਰ ਸਕਦੇ ਉਹਨਾਂ ਚਿਰ ਉਹ ਸ਼ਬਦ ਉਹ ਨਾਮ ਦਾ ਸਾਨੂੰ ਭੇਦ ਨਹੀਂ ਆ ਸਕਦਾ ਇਸੇ ਕਰਕੇ ਸਤਿਗੁਰ ਦੀ ਬਾਣੀ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜੁਗਤ ਸਮਝਾਉਂਦਿਆ ਹੋਇਆ ਹੈ ਇਹ ਗਿਆਨ ਦਿੰਦਾ ਹੈ ਉਹਨਾਂ ਚਿਰ ਇਹ ਤੁਸੀਂ ਰਸਤੇ ਤੇ ਚੱਲਦੇ ਰਹਿਣਾ ਜਿੰਨਾ ਚਿਰ ਇਹ ਸ਼ਬਦ ਤੁਹਾਡੇ ਰੋਮ ਰੋਮ ਦੇ ਵਿੱਚ ਨਹੀਂ ਵਸ ਜਾਂਦਾ ਹੁਣ ਕਿਉਂ ਜਿਹੜਾ ਇਹ ਜਿਉਂਦੇ ਜੀ ਸਾਨੂੰ ਮਰਨਾ ਦੱਸਿਆ ਗੁਰਬਾਣੀ ਦੇ ਵਿੱਚ ਉਹਨਾਂ ਚਿਰ ਉਹ ਨਾਮ ਸਾਡੇ ਹਿਰਦੇ ਵਿੱਚ ਨਹੀਂ ਵਸਦਾ ਜਿੰਨਾ ਚਿਰ ਅਸੀਂ ਜਿਉਂਦੇ ਜੀ ਮਰਨਾ ਨਹੀਂ ਸਿੱਖਦੇ ਹੁਣ ਇਹ ਭਗਤੀ ਦਾ ਮਾਰਗ ਜਿਹੜਾ ਹੈ ਨਾ जिने ਸੱਚ ਵਿੱਚ ਸਮਾਉਣਾ ਜਿਹੜੇ ਉਹ ਮਾਲਕ ਨਿਰੰਕਾਰ ਦਾ ਰੂਪ ਹੋਣਾ ਉਹ ਭਗਮ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਭਗਤ ਉਹ ਆ ਜਿਹੜਾ ਮਾਲਕ ਨਿਰੰਕਾਰ ਨੂੰ ਜਾਣਦਾ ਹੈ ਮਾਲਕ ਨਿਰੰਕਾਰ ਨੂੰ ਜਾਣਨ ਵਾਸਤੇ ਆਪਣੇ ਆਪ ਦੀ ਪਛਾਣ ਕਰਨੀ ਪੈਂਦੀ ਹੈ ਜਿਹੜਾ ਮਹਾਪੁਰਖਾਂ ਨੇ ਆਪਾਂ ਨੂੰ ਸਮਝਾ ਦਿੱਤਾ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਨਾਸੀ ਸਭ ਤੋਂ ਪਹਿਲਾਂ ਆਪਣੇ ਆਪ ਦੀ ਪਛਾਣ ਕਰਨੀ ਗੁਰੂ ਦੇ ਸ਼ਬਦ ਵਾਰ ਜਿਹੜਾ ਪੰਜਵਾਂ ਪਾਸ਼ਾ ਸਾਨੂੰ ਸਮਝਾਉਂਦੇ ਆ ਕਹਿੰਦੇ ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਗੁਰੂ ਦੀ ਮੱਤ ਲੈੰਦਿਆ ਹੋਇਆ ਜਿਨ੍ਹਾਂ ਨੇ ਆਪਣੇ ਆਪ ਦੀ ਪਛਾਣ ਕਰ ਲਈ ਉਹ ਭਗਤ ਬਣੇਗਾ ਜਿਹੜਾ ਦੂਸਰਿਆਂ ਦੀ ਪਛਾਣ ਕਰਦੇ ਨੇ ਜਿਹੜੇ ਦੂਸਰਿਆਂ ਦੇ ਘਰ ਦੇ ਵਿੱਚ ਝਾਕਦੇ ਰਹਿੰਦੇ ਨੇ ਸਤਗੁਰ ਦੀ ਬਾਣੀ ਦੇ ਵਿੱਚ ਆਪਾਂ ਨੂੰ ਗਿਆਨ ਦਿੱਤਾਇਆ ਭੇਜ ਦਿੱਤਾਇਆ ਉਹ ਤਾਂ ਭਗਤ ਨਹੀਂ ਉਹਨਾਂ ਨੂੰ ਗੁਰਬਾਣੀ ਵਿੱਚ ਚੋਰ ਕੇ ਆਇਓ ਜਿਹੜਾ ਇਸ ਮਾਰਗ ਤੇ ਜੇ ਆਪਾਂ ਚੱਲਣਾ ਹੈ ਸਤਗੁਰ ਕਹਿੰਦੇ ਤੁਸੀਂ ਆਪਣੇ ਆਪ ਦੀ ਪਛਾਣ ਕਰੋ ਜਿਹੜਾ ਮਹਾਪੁਰਖਾਂ ਨੇ ਵਾਰ-ਵਾਰ ਆਪਾਂ ਨੂੰ ਸਮਝਾਇਆ ਹੈ ਜੇ ਤੁਸੀਂ ਆਪਣੀ ਪਛਾਣ ਛੱਡ ਕੇ ਦੂਸਰੇ ਦੇ ਘਰ ਨੂੰ ਦੇਖਦੇ ਜੇ ਇਹ ਸਭ ਤੋਂ ਵੱਡੀ ਰੁਕਾਵਟ ਆ ਤੁਸੀਂ ਭਗਤ ਨਹੀਂ ਬਣ ਸਕਦੇ ਤੁਸੀਂ ਚੋਰ ਜੇ ਜਿਹੜਾ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਹੈ ਦਰ ਕਰ ਛੋੜੈ ਆਪਣਾ ਪਰ ਕਰ ਝੂਠਾ ਜਾਹੀ ਚੋਰਾਂ ਵਾਂਗੂ ਪਕੜੀਐ ਪਾਤਸ਼ਾਹ ਕਹਿੰਦੇ ਆ ਜੇ ਤੁਹਾਡੇ ਇਹ ਮਨ ਦੀ ਹਾਲਤ ਇਹ ਰਹੀ ਤੇ ਅੰਤ ਸਮੇਂ ਤੁਹਾਨੂੰ ਉਹ ਚੋਰਾਂ ਵਾਂਗੂ ਫੜ ਕੇ ਓਵੇਂ ਕੁੱਟਿਆ ਜਾਣਾ ਹੈ ਜਿਸ ਤਰ੍ਹਾਂ ਇੱਕ ਚੋਰ ਨੂੰ ਫੜ ਲਿਆ ਜਾਂਦਾ ਨਾ ਜਦੋਂ ਉਹ ਸਨ ਲਾਉਂਦਾ ਕਿਸੇ ਦੇ ਘਰ ਦੇ ਵਿੱਚ ਤੇ ਉਸ ਨੂੰ ਸਾਰੇ ਹੀ ਕੁੱਟਦੇ ਨੇ ਏਸੇ ਤਰ੍ਹਾਂ ਹੀ ਜੇ ਸਾਡੇ ਇਹ ਮਨ ਦੀ ਹਾਲਤ ਰਹੀ ਅਸੀਂ ਕਦੀ ਕਿਸੇ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਉਹਨੂੰ ਛੱਡਿਆ ਦੂਸਰੇ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਆਪਣੇ ਆਪ ਦਾ ਭੇਤ ਨਾ ਲਿਆ ਆਪ ਸ਼ਬਦ ਦੇ ਅਸੀਂ ਕਮਾਈ ਨਾ ਕੀਤੀ ਤੇ ਸਤਿਗੁਰੂ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਆ ਐਸੇ ਜਿਹੜੇ ਜੀਵ ਨੇ ਉਹ ਸ਼ਬਦ ਦਾ ਅਭਿਆਸ ਛੱਡ ਕੇ ਹੋਰ ਹੀ ਕਰਮ ਕਰਦੇ ਰਹਿੰਦੇ ਨੇ ਤੇ ਮਾਰੇ ਕਹਿੰਦੇ ਆ ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜੰਪੁਰ ਬਧੇ ਮਾਰੀ ਆ ਜਿਵੇਂ ਸੰਨੀ ਉੱਪਰ ਚੋਰ ਸਾਨੂੰ ਹੁਣ ਇਹ ਆਪਣੇ ਆਪ ਦੀ ਪਛਾਣ ਕਰਨ ਵਾਸਤੇ ਵੀ ਇਹ ਸ਼ਬਦ ਦਾ ਅਭਿਆਸ ਦੱਸਿਆ ਹੈ ਜਿੰਨਾ ਚਿਰ ਆਪਾ ਗੁਰੂ ਦੀ ਮਤ ਨਹੀਂ ਧਾਰਨ ਕਰਦੇ ਜਿੰਨਾ ਚਿਰ ਆਪਾ ਇਹ ਨਹੀਂ ਅਭਿਆਸ ਕਰਦੇ ਪਾਤਸ਼ਾਹ ਕਹਿੰਦੇ ਆ ਉਹਨਾਂ ਚਿਰ ਅਸੀਂ ਇਹ ਭਗਤੀ ਦੇ ਮਾਰਗ ਤੋਂ ਦੂਰ ਆ ਜਿਹੜਾ ਆਪਾਂ ਨੂੰ ਸਮਝਾਉਂਦੇ ਤੁਹਾਡਾ ਇਹ ਮਨ ਜਿਹੜਾ ਭੱਜਦਾ ਬਾਹਰ ਨੂੰ ਇਸ ਨੂੰ ਰੋਗ ਦਾ ਜਿਹੜਾ ਆਜੀਬ ਰੋਕੇ ਆਪਣੇ ਘਰ ਬਿਠਾਉਂਦਾ ਹੈ ਜਿਹਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ ਧਾਵਤ ਰੱਖਿਆ ਇੱਕ ਤਕਰ ਆਣਾ ਜਿਹੜਾ ਇਹ ਮਨ ਭਜਦਾ ਹੈ ਨਾ ਇਸ ਨੂੰ ਆਪਣੇ ਘਰ ਦੇ ਵਿੱਚ ਬਿਠਾ ਲੇ ਜਿਹੜਾ ਜਿਉਂਦੇ ਜੀ ਸ਼ਬਦ ਦਾ ਅਭਿਆਸ ਕਰਕੇ ਆਪਣੇ ਆਪ ਜਿਹੜੀ ਅੰਦਰ ਸਾਡੀ ਮੈਂਆਂ ਨੂੰ ਖਤਮ ਕਰ ਲੇ ਉਹਨੇ ਭਗਤ ਬੰਨਾ ਹੈ ਉਹਨੂੰ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਆ ਜਿਉਂਦੇ ਜੀ ਜੀਵਤ ਮਰਨਾ ਜਿੰਨਾ ਸਿੱਖ ਲਿਆ ਸ਼ਬਦ ਦਾ ਅਭਿਆਸ ਕਰਨਾ ਸਿੱਖ ਲਿਆ ਮਨ ਨੂੰ ਇਸ ਤਰੀਕੇ ਨਾਲ ਰੋਕਿਆ ਆਪਣੇ ਘਰ ਦੇ ਵਿੱਚ ਬਿਠਾ ਲਿਆ ਜਿਹੜਾ ਗੁਰਬਾਣੀ ਵਿੱਚ ਆਪਾਂ ਉਹਨੂੰ ਦੱਸ ਰਹੇ ਨੇ ਧਾਵਤ ਰੱਖੇ ਇਕਤ ਘਰਿਆਣੇ ਜੀਵਤ ਮਰੇ ਹਰ ਨਾਮ ਵਿਖਾੜੇ ਜਿਹੜਾ ਆਪਣੇ ਆਪ ਖਤਮ ਕਰਕੇ ਫਿਰ ਜਿੱਥੇ ਬੈਠਦਾ ਆ ਉਹ ਹਰ ਸਮੇਂ ਹਰੇਕ ਸਵਾਸ ਦੇ ਨਾਲ ਉਹਦੇ ਮੁਖ ਵਿੱਚੋਂ ਇਹੀ ਵਿਖਿਆਨ ਚੱਲਦਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਸਤਿਗੁਰ ਦੀ ਬਾਣੀ ਰਹੀ ਆਪਾਂ ਨੂੰ ਗਿਆਨ ਦਿੱਤਾ ਉਹਨਾਂ ਨੇ ਜੇ ਤਾਂ ਸਾਡੇ ਇਹ ਮਨ ਦੀ ਹਾਲਤ ਇਹ ਬਨਾਲੀ ਆਪਾਂ ਫਿਰ ਬਾਸ਼ਾ ਨੇ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ ਆਇਆ ਐਸਾ ਭਗੌਤੀ ਉਤਮ ਹੋਏ ਨਾਨਕ ਸੱਚ ਸਮਾਵੈ ਸੋਏ ਐਸਾ ਭਗਤ ਜਿਹੜਾ ਨਾ ਜਿਹੜਾ ਹਰ ਸਮੇਂ ਉਸ ਮਾਲਕ ਨਿਰੰਕਾਰ ਦੀ ਯਾਦ ਵਿੱਚ ਉਹ ਨਾਮ ਅੰਦਰ ਵਸਿਆ ਹੁੰਦੇ ਜਿ세 ਬੈਠਦਾ ਉਹ ਮਾਲਕ ਨਿਰੰਕਾਰ ਦੀ ਵਡਿਆਈ ਉਸ ਤੋਂ ਚੱਲਦੀ ਹੈ ਫੇਰ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਆ ਸਾਨੂੰ ਉਹ ਜਿਹੜਾ ਭਗਤ ਹੈ ਉਹ ਉਤਮ ਹੈ ਤੁਹਾਡਾ ਇਹ ਸੰਸਾਰ ਦੇ ਵਿੱਚ ਆਉਣਾ ਇਹ ਸਫਲ ਹੈ ਐਸੇ ਕਰਕੇ ਆਪਾਂ ਨੂੰ ਗੁਰਬਾਣੀ ਰਹੀ ਉਹਨਾਂ ਨੇ ਗਿਆਨ ਦਿੱਤਾ ਹੈ ਜੇ ਤੁਸੀਂ ਇਹ ਆਪਣੇ ਮਨ ਤੇ ਰੰਗ ਚੜਾਉਣਾ ਹੈ ਨਾ ਭਗਤੀ ਕਰਨੀ ਹੈ ਫੇਰ ਤੁਸੀਂ ਜਿਹੜਾ ਸਭ ਤੋਂ ਪਹਿਲਾਂ ਆਪਣੇ ਧਿਆਨ ਨੂੰ ਬਦਲੋ ਜਿਹੜਾ ਇਹ ਮਨ ਮਾਇਆ ਦਾ ਰਸਤਾ ਫੜ ਲਿਆ ਹੈ ਇਹਨੇ ਇਹਨੂੰ ਮੋੜ ਕੇ ਪਿਆਰ ਦੇ ਮਾਰਗ ਤੇ ਚੱਲੋ ਇਹ ਸੰਤ ਮਾਰਗ ਤੇ ਚੱਲੋ ਜਿਹੜਾ ਸੰਤ ਦਾ ਮਾਰਗ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾ ਰਹੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਬਾਈ ਇਹ ਜਿਹੜਾ ਪਿਆਰ ਦਾ ਮਾਰਗ ਆਪਾਂ ਨੂੰ ਦੱਸ ਰਿਹਾ ਤੇ ਆਓ ਸਾਰੇ ਆਪ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਆਪਾਂ ਨੂੰ ਇਹ ਜੀਵਨ ਨੂੰ ਸਫਲ ਕਰਨ ਦਾ ਤਰੀਕਾ ਦੱਸਿਆ ਜਿਨ੍ਹਾਂ ਨੇ ਆਪਣੇ ਇਹ ਮਨ ਦਾ ਆਪ ਨੂੰ ਕਾਰਜ ਦੱਸਿਆ ਵੀ ਹੋਰ ਕਰਮ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲੇ ਜੇ ਮਨ ਇਹ ਕਰਮ ਕਰਦਾ ਹੈ ਜਿਹੜਾ ਸਤਗੁਰੂ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਅਵਰ ਕਾਜ ਤੇ ਰਹਿ ਕੇ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿਉਂਕਿ ਇਹ ਸ਼ਬਦ ਹੀ ਹੈ ਜਿੰਨਾ ਮਰਜ਼ੀ ਅਸੀਂ ਗਿਆਨ ਲੈ ਲਈਏ ਜਿੰਨਾ ਚਿਰ ਅਸੀਂ ਇਹ ਨਹੀਂ ਨਾ ਜਪਦੇ ਇਹ ਸਿਮਰਨ ਨਹੀਂ ਸਾਡੇ ਅੰਦਰ ਵੱਸਦਾ ਉਹਨਾਂ ਚਿਰ ਸਾਡਾ ਇਹ ਮਨ ਜਿੰਨਾ ਚਿਰ ਆਪਾਂ ਨਹੀਂ ਖਤਮ ਹੁੰਦਾ ਇਹ ਰੱਖਿਆ ਚੱਕਰ ਨਹੀਂ ਮੰਦਾ ਸਾਡਾ ਤਾਂ ਹੀ ਉਹ ਵਾਰ-ਵਾਰ ਇਹ ਮਾਇਆ ਦੇ ਦੇਸ਼ ਵਿੱਚ ਆ ਜਾਂਦਾ ਸਾਡੇ ਮਨ ਦਾ ਇਹ ਇੱਕ ਥਿਰ ਨਹੀਂ ਰਹਿੰਦਾ ਇੱਕ ਸਟੇਜ ਨਹੀਂ ਰਹਿੰਦੀ ਰੋਜ਼-ਦਰੋਜ਼ ਬਦਲਦਾ ਰਹਿੰਦਾ ਹੈ ਇਸੇ ਕਰਕੇ ਆਓ ਸਭ ਤੋਂ ਪਹਿਲਾਂ ਜਿਹੜਾ ਮਹਾਪੁਰਖਾਂ ਨੇ ਆਪਾਂ ਨੂੰ ਇਹ ਦਾਨ ਕੀਤਾ ਹੈ ਇਹ ਜੁਗਤ ਦੱਸੀ ਤਰੀਕਾ ਦੱਸਿਆ ਹੈ ਜਿੰਦੇ ਰਾਹੀ ਅਸੀਂ ਭਗਤੀ ਦੇ ਲੱਗਣਾ ਹੈ ਜਿੰਦੇ ਰਾਹੀ ਅਸੀਂ ਉਸ ਨਾਮ ਨੂੰ ਸੁਣਨਾ ਹੈ ਸ਼ਬਦ ਨੂੰ ਸੁਣਨਾ ਹੈ ਕਿਉਂਕਿ ਸਤਗੁਰ ਦੀ ਬਾਣੀ ਰਾਹੀਂ ਗੁਰੂ ਨਾਨਕ ਦੇ ਘਰ ਨੇ ਆਪਾਂ ਨੂੰ ਸਮਝਾਇਆ ਕਿ ਨਾਮ ਸਾਡੇ ਅੰਦਰ ਲਗਾਤਾਰ ਚੱਲਦਾ ਹੈ ਉਹਦੀ ਸੋਝੀ ਉਹਦਾ ਗਿਆਨ ਗੁਰੂ ਦੇ ਸ਼ਬਦ ਦੁਆਰਾ ਆਉਂਦਾ ਹੈ ਜਿਹੜਾ ਪਾਤਸ਼ਾਹ ਕਹਿੰਦੇ ਅੰਤਰ ਸ਼ਬਦ ਨਿਰੰਤਰ ਮੁਦਰਾ ਹੋਮੇ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪੜੀ ਗੁਰੂ ਦੇ ਸ਼ਬਦ ਦੁਆਰਾ ਸਮਝ ਆਉਣੀ ਗਿਆਨ ਆਉਣਾ ਤੇ ਆਪਾਂ ਸਾਰਿਆਂ ਨੇ ਇਹ ਸਿੱਖਣਾ ਹੈ ਗੁਰੂ ਦਾ ਸ਼ਬਦ ਹੁਣ ਦੇਖੀਏ ਸਾਰਾ ਇਹ ਖੇਲ ਧਿਆਨ ਦਾ ਤੇ ਸਾਨੂੰ ਸਤਿਗੁਰ ਦੀ ਬਾਣੀ ਰਹੀ ਸਮਝਾ ਦਿੱਤਾ ਧੰਮੈ ਧਿਆਨ ਧਿਆਨ ਮਹਿ ਜਾਨਿਆ ਗੁਰਮੁਖ ਐ ਕੱਥ ਕਹਾਣੀ ਇਹ ਪਿਆਰ ਦੇ ਮਾਰਗ ਦੀ ਸਮਝ ਤਾਂ ਹੀ ਆਉਣੀ ਹੈ ਜੇ ਆਪਣਾ ਧਿਆਨ ਇਹ ਸ਼ਬਦ ਵਿੱਚ ਲੱਗੇਗਾ ਤੇ ਆਓ ਸਾਰੇ ਨੇਤਰ ਬੰਦ ਕਰਕੇ ਆਪਾਂ ਜਦੋਂ ਸਵਾਸ ਅੰਦਰ ਜਾਂਦਾ ਹੈ ਰਚਨਾ ਦੁਆਰਾ ਉਚਾਰਨ ਕਰਨਾ ਹੈ ਵਾ ਇਹਦੇ ਵਿੱਚ ਧਿਆਨ ਲਾਉਣਾ ਜਦੋਂ ਸਵਾਸ ਗਗਨ ਆਉਂਦਾ ਹੈ ਗੁਰੂ ਸ਼ਬਦ ਦੀ ਅਰਦਾਸਾ ਕਰਨੀ ਹੈ ਆਪਣੀ ਆਵਾਜ਼ ਵਿੱਚ ਧਿਆਨ ਲਾ ਕੇ ਆਪਾਂ ਗਿਆਨੀ ਬਣੀਏ ਆਪਣੇ ਆਪ ਦੀ ਪਛਾਣ ਕਰੀਏ ਆਪਣੇ ਘਰ ਦੀ ਪਛਾਣ ਕਰੀਏ ਆਪਣੇ ਮਾਤਾ ਪਿਤਾ ਦੀ ਪਛਾਣ ਕਰੀਏ ਜੇ ਆਪਾਂ ਇਸ ਪਾਸੇ ਚੱਲਾਂਗੇ ਤੇ ਫੇਰ ਅਸੀਂ ਗਿਆਨੀ ਬਣ ਜਾਗੇ ਇਸ ਕਰਕੇ ਆਓ ਸਾਰੇ ਪਰਿਵਾਰ ਰੂਪ ਦੇ ਵਿੱਚ ਆਪਾਂ ਨੂੰ ਜੋ ਗੁਰਮਖਾ ਨੇ ਗਿਆਨ ਦਿੱਤਾ ਸੁਰਤਿ ਸੁਰਤ ਰਲਾਈ ਹੈ ਏਤ ਤਨ ਕਾ ਤੁਲਹ ਲੰਗੀ ਹੈ ਜੇਤ ਇਹ ਸਰੀਰ ਤੋਂ ਮਾਇਆ ਤੋਂ ਇਹ ਘਰ ਤੋਂ ਸਾਡਾ ਧਿਆਨ ਉੱਪਰ ਉੱਠ ਜਾਵੇ ਆਓ ਸਾਰੇ ਮਿਲ ਕੇ ਕਰੋ ਸ਼ੁਰੂ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਪਣੇ ਆਪ ਨੂੰ ਸੋਨਾ ਕਰੋ ਇਹ ਗੁਰਮਖੋ ਜਿਹੜਾ ਇਹ ਪਿਆਰ ਦਾ ਮਾਰਗ ਜੋ ਮਹਾਪੁਰਖਾਂ ਨੇ ਆਪਾਂ ਨੂੰ ਸਮਝਾਉਣ ਦੇ ਨਾਲ ਨਾਲ ਇਹ ਸਮਾਰਗ ਤੇ ਤੋਰਿਆ ਹੈ ਤਾਂ ਦੇ ਮਾਰਗ ਤੇ ਚੱਲਦੇ ਆ ਸੰਸਾਰ ਦੇ ਮਾਰਗ ਤੇ ਚੱਲਦੇ ਆ ਇਸ ਮਾਰਗ ਤੇ ਚੱਲਦੇ ਹੋਇਆ ਅਸੀਂ ਥਿਰ ਨਹੀਂ ਹੋ ਸਕਦੇ ਇਹ ਸੰਸਾਰ ਦੇ ਮਾਰਗ ਤੇ ਚੱਲਦੇ ਆ ਇਹ ਪੰਜ ਵਡਿਆਈ ਦੇਣਗੇ ਸਾਨੂੰ ਪਰ ਇਹ ਵਡਿਆਈ ਜਿਹੜੀ ਥੋੜੇ ਸਮੇਂ ਵਾਸਤੇ ਆ ਸੰਸਾਰ ਦੀਆਂ ਵਡਿਆਈਆਂ ਇਹ ਥੋੜੇ ਸਮੇਂ ਵਾਸਤੇ ਜਿਹੜਾ ਜੀਵ ਦਿੰਦਾ ਨਾ ਬਾਅਦ ਵਿੱਚ ਉਹੀ ਨਿੰਦਿਆ ਕਰਨ ਲੱਗ ਜਾਂਦਾ ਹੈ ਕਿਉਂਕਿ ਸੰਸਾਰ ਇਹ ਨਾ ਬਾਸ਼ਾ ਗੁਰਬਾਣੀ ਦੇ ਵਿੱਚ ਸਾਨੂੰ ਗਿਆਨ ਦੇ ਰਹੇ ਨੇ ਇਹ ਸੰਸਾਰ ਦੇ ਜਿਹੜੇ ਅਸੀਂ ਸੁਖ ਕਹਿੰਨੇ ਆ ਇਹ ਵੀ ਥੋੜੇ ਸਮੇਂ ਵਾਸਤੇ ਨੇ ਤੇ ਜੇ ਆਪਾਂ ਇਹ ਮਾਰਗ ਛੱਡ ਕੇ ਚੱਲਦੇ ਆਂ ਪਿਆਰ ਦੇ ਮਾਰਗ ਤੇ ਉਹ ਮਾਰਗ ਜਿਹੜਾ ਮਹਾਂਪੁਰਖ ਸਮਝਾਉਦੇ ਸਾਨੂੰ ਜਿਹੜਾ ਸਤਗੁਰ ਦੇ ਬਾਣੀ ਰਹੀ ਆਪਾਂ ਨੂੰ ਗਿਆਨ ਦਿੱਤਾ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਤੇ ਜਦੋਂ ਆਪਾਂ ਇਸ ਮਾਰਗ ਤੇ ਚੱਲਾਂਗੇ ਨਾ ਤੇ ਫਿਰ ਜਿਹੜੀ ਉਧਰੋਂ ਬੜਾਈ ਮਿਲਣੀ ਹੈ ਨਾ ਇੱਕ ਤਾਂ ਸਦਾ ਵਾਸਤੇ ਇਹ ਮਨ ਨੇ ਅਮਰ ਹੋ ਜਾਣਾ ਹੈ ਆਉਣਾ ਜਾਣਾ ਖਤਮ ਹੋ ਜਾਣਾ ਸੰਸਾਰ ਦੇ ਵਿੱਚ ਜਿਹੜੀ ਉਧਰੋਂ ਸਾਨੂੰ ਪਾਤਸ਼ਾਹੀ ਮਿਲਣੀ ਹੈ ਜਿਹੜਾ ਸਤਗੁਰੂ ਸਾਨੂੰ ਸਮਝਾਉਂਦੇ ਆ ਮਹਾਪੁਰਖਾਂ ਦਾ ਸੰਗ ਜਦੋਂ ਹੋ ਜਾਂਦਾ ਹੈ ਨਾ ਉਹਨਾਂ ਦਾ ਸੰਗ ਪ੍ਰਾਪਤ ਹੋਣ ਤੇ ਉਹ ਜਿਹੜੀ ਬੜਿਆਈ ਉਹ ਜਿਹੜੀ ਪਾਤਸ਼ਾਹੀ ਜਿੰਦਾ ਆਪਾਂ ਨੂੰ ਸਤਿਗੁਰ ਦੀ ਬਾਣੀ ਵਿੱਚ ਸਮਝਾਉਂਦੇ ਨੇ ਜਿਹੜਾ ਗੁਰਮੁਖ ਐਸੇ ਮਹਾਪੁਰਖਾਂ ਦਾ ਸੰਗ ਕਰਦਾ ਹੈ ਸੰਗ ਕਰਦਿਆ ਹੋਇਆ ਉਹਨਾਂ ਦੇ ਬਚਨਾਂ ਨੂੰ ਕਮਾਉਂਦਾ ਹੈ ਤੇ ਉਹ ਮਾਲਕ ਨਿਰੰਕਾਰ ਵੱਲੋਂ ਫਿਰ ਉਹ ਪਾਤਸ਼ਾਹੀ ਮਿਲਦੀ ਹੈ ਮਹਾਪੁਰਖਾਂ ਦਾ ਸੰਗ ਪ੍ਰਾਪਤ ਹੁਣ ਤੇ ਜਿਨ੍ਹਾਂ ਦੇ ਪ੍ਰਥਾਇ ਆਪਾਂ ਰੋਜ਼ ਪੜਦੇ ਆ ਜਿੰਨ ਕਉ ਸਾਧੂ ਸੰਗ ਨਾਮ ਹਰ ਰੰਗ ਤੇ ਨੀ ਬ੍ਰਹਮ ਵਿਚਾਰਿਆ ਜੀ ਜਿਹੜਾ ਆਪਾਂ ਬ੍ਰਹਮ ਦੀ ਸਿਫਸਲਾ ਕਰਦੇ ਆ ਮਾਲਕ ਦੀ ਸਿਫਸਲਾ ਕਰਦੇ ਆ ਬਿਨਾ ਸਾਧੂ ਦੇ ਸੰਗ ਤੋਂ ਆਪਣੇ ਵਿੱਚ ਕੋਈ ਜੀਵ ਜਿੰਨੇ ਕਦੀ ਸਟੇਜ ਤੇ ਬੋਲਿਆ ਹੋਵੇ ਸ਼ਬਦ ਦੀ ਵਿਚਾਰ ਕੀਤੀ ਹੋਵੇ ਮਹਾਪੁਰਖਾਂ ਦਾ ਸੰਗ ਹੋਇਆ ਉਹਨਾਂ ਨੇ ਜਿਹੜੀ ਇਹ ਸ਼ਿਵਸਲਾ ਦਾ ਕੱਪੜਾ ਬਖਸ਼ਿਸ਼ ਕੀਤਾ ਯਾ ਹੁਣ ਜਿੰਨੇ ਮਰਜ਼ੀ ਚਾਹੇ ਅਸੀਂ ਕਹੀਏ ਬਹੁਤ ਗਿਆਨ ਹੈ ਸਾਨੂੰ ਲੇਕਿਨ ਸਤਿਗੁਰ ਗੁਰਬਾਣੀ ਦੇ ਵਿੱਚ ਸਾਨੂੰ ਗਿਆਨ ਦੇ ਰਹੇ ਨੇ ਜਿਸ ਨੂੰ ਬਖਸ਼ਿਆ ਸਿਫਤ ਸਲਾਹਾ ਨਾਨਕ ਪਾਸ਼ਾ ਹੀ ਪਾਸ਼ਾ ਇਹ ਪਾਸ਼ਾ ਹੀ ਉਹ ਹੈ ਜਿਹੜੀ ਉਹ ਦੇ ਕੇ ਫਿਰ ਪਛਤਾਉਂਦਾ ਨਹੀਂ ਸਾਨੂੰ ਸੰਸਾਰ ਦਾ ਥੋੜੀ ਜਿਹੀ ਵਡਿਆਈ ਦੇ ਕੇ ਫਿਰ ਲੱਗ ਜਾਂਦਾ ਲੈ ਮੈਂ ਤਾਂ ਇਹਦੀ ਇੰਨੀ ਵਡਿਆਈ ਕਰਦਾ ਰਿਆ ਮੈਂ ਤਾਂ ਇਹਦੇ ਲਈ ਆਇਆ ਕਰਦਾ ਰਿਹਾ ਕੋਈ ਫਿਰ ਨਿੰਦੇ ਆ ਤੇ ਲੇਕਿਨ ਸਤਗੁਰੂ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਆ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਐਸੀ ਇਹ ਵਡਿਆਈ ਹੈ ਐਸੀ ਇਹ ਸਬਤਸਲਾਹ ਹੈ ਜਿੰਦੇ ਨਾਲ ਸਾਡਾ ਇਹ ਮਨ ਜਿਹੜਾ ਹੈ ਇਹ ਸੱਚ ਨਰਿੰਕਾਰ ਦੇ ਵਿੱਚ ਰੰਗਿਆ ਜਾਂਦਾ ਹੈ ਹਰੀ ਦੇ ਵਿੱਚ ਰੰਗਿਆ ਜਾਂਦਾ ਐਸਾ ਇਹ ਸੁਖ ਹੈ ਜਿਹੜਾ ਸਾਧੂ ਜਨ ਸਾਨੂੰ ਬਖਸ਼ਿਸ਼ ਕਰਦੇ ਹੁੰਦੇ ਆ ਜਿਹੜਾ ਸਤਗੁਰ ਸਾਨੂੰ ਸਮਝਾਉਂਦੇ ਨੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਜਿਸ ਮਾਲਕ ਨਿਰੰਕਾਰ ਤੋਂ ਪੈਦਾ ਹੋਏ ਆ ਜਿੰਦਾ ਇਹ ਮਨ ਸਾਡਾ ਇਹ ਬੱਚਾ ਪਾਤਸ਼ਾਹ ਕਹਿੰਦੇ ਆ ਉਹ ਮਾਲਕ ਨਿਰੰਕਾਰ ਦਾ ਭੇਤ ਆ ਜਾਂਦਾ ਤਾਂ ਹੀ ਉਹ ਪਾਤਸ਼ਾਹ ਕਹਿੰਦੇ ਆ ਸਾਧੂ ਜਨ ਸਾਡੇ ਇਹ ਮਨ ਤੇ ਲੱਗੀ ਹੋਈ ਜਿਹੜੀ ਮੈਲ ਆ ਇਹਨੂੰ ਲਾ ਕੇ ਸਾਨੂੰ ਸੋਹਣਿਆ ਬਣਾ ਦਿੰਦੇ ਆ ਜਿਹੜਾ ਇਹ ਮਨਮੁਖ ਹੋਇਆ ਮਨ ਸਾਡਾ ਇਹ ਕਹਿ ਰਿਹਾ ਕ੍ਰੂਪ ਹੋ ਚੁੱਕਾ ਆ ਜਨਮਾਂ ਦੀ ਮੈਲ ਲੱਗੀ ਸਾਡੇ ਮਨ ਨੂੰ ਜਦੋਂ ਸਾਧੂ ਦਾ ਸੰਗ ਹੁੰਦਾ ਆ ਉਹ ਸਾਡੇ ਇਹ ਮਨ ਨੂੰ ਧਵਾਉਂਦੇ ਨੇ ਇਸ ਤਰੀਕੇ ਦੇ ਨਾਲ ਸੋਹਣਾ ਹੋ ਜਾਂਦਾ ਸਿਆਣਾ ਹੋ ਜਾਂਦਾ ਜਿਹੜਾ ਕਮਲਾ ਹੋਇਆ ਬੈਠਾ ਮਨ ਸਾਡਾ ਉਸ ਨਾਮ ਦੀ ਸੋਝੀ ਆ ਜਾਂਦੀ ਜਿਨ੍ਹਾਂ ਦੀ ਪਰਸਾਏ ਪਾਤਸ਼ਾਹ ਕਹਿੰਦੇ ਐ ਬੇਣ ਨਾਮ ਹੈ ਜਗ ਕਮਲਾ ਫਿਰਾ ਗੁਰਮਖ ਨਦਰੀ ਆਇਆ ਮਨ ਜਿਹੜਾ ਇਹ ਨਾਮ ਤੋਂ ਵਾਂਝਾ ਇਹ ਕਮਲਿਆਂ ਦੀ ਨਿਆਈ ਜਦੋਂ ਸਾਧੂ ਦਾ ਸੰਗ ਹੋ ਜਾਂਦਾ ਹੈ ਉਹ ਨਾਮ ਦਾ ਭੇਤ ਆ ਜਾਂਦਾ ਕਿਉਂਕਿ ਆਪ ਵਸਦੇ ਨੇ ਉੱਥੇ ਉਹਨਾਂ ਦੇ ਸੰਗ ਦੇ ਨਾਲ ਸਾਡੇ ਮਨ ਦਾ ਵੀ ਨਿਵਾਸ ਉੱਥੇ ਹੋ ਜਾਂਦਾ ਹੈ ਜਿਹੜਾ ਆਪਾਂ ਨੂੰ ਦੱਸਿਆ ਗੁਰਬਾਣੀ ਦੇ ਵਿੱਚ ਸੂਖ ਸ਼ਾਂਤ ਸਹਿਜ ਤੁਨ ਉਪਜੈ ਸਾਧੂ ਸੰਗ ਨਿਵਾਸਾ ਜੀਓ ਪਾਤਸ਼ਾਹ ਕਹਿੰਦੇ ਸਾਧੂ ਦਾ ਸੰਗ ਕਰਕੇ ਤੁਸੀਂ ਵੀ ਵਸਣਾ ਸ਼ੁਰੂ ਕਰ ਦਿੰਦੇ ਹੋ ਫਿਰ ਆਪਾਂ ਨੂੰ ਗੁਰਬਾਣੀ ਰਹੀ ਉਹਨਾਂ ਗਿਆਨ ਦਿੱਤਾ ਜਿਹੜਾ ਸਾਡਾ ਇਹ ਮਨ ਇਹ ਕਾਇਰਿਆ ਪੰਜਾਂ ਦੇ ਵਸਿਆ ਜਦੋਂ ਗੁਰਮਖੰਡਾ ਸੰਗ ਹੁੰਦਾ ਹੈ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਜਿਹਦੇ ਨਾਲ ਸਾਡਾ ਮਨ ਇਹ ਸ਼ਬਦ ਦਾ ਅਭਿਆਸ ਕਰਦਿਆ ਹੋਇਆ ਹੈ ਇਹ ਸਾਡੇ ਨੇੜੇ ਹੀ ਨਹੀਂ ਆਉਂਦੇ ਪੰਜ ਚੋਰ ਜਿਹੜੇ ਜਿਹੜਾ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਪੰਜ ਦੂਤ ਆਗੇ ਭਗੇ ਜਦ ਸਾਧ ਸੰਗਤ ਸਾਧੂ ਦਾ ਸੰਗ ਹੋ ਜਾਂਦਾ ਹੈ ਉਹ ਫਿਰ ਆਪਾਂ ਨੂੰ ਜਿਹੜਾ ਜੁਗਤ ਦੱਸੀ ਹੈ ਤਰੀਕਾ ਦੱਸਿਆ ਵੀ ਰਸਨਾ ਦੁਆਰਾ ਸਿਮਰਨ ਕਰੋ ਇਹਨਾਂ ਨੂੰ ਜਮਾ ਦਾ ਵੀ ਨਾਮ ਦਿੱਤਾ ਪਾਤਸ਼ਾਹ ਕੰਦੇ ਪਾਸੇ ਹੋ ਜਾਂਦੇ ਆ ਜਿਹੜਾ ਉਹਨਾਂ ਦੇ ਬਚਨ ਪੜ੍ਹਦੇ ਆ ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ ਤਾਂ ਰਸਨਾ ਦੁਆਰਾ ਗਵਣਿਆ ਗੋਣ ਜੇ ਸੋ ਮਾਲਕ ਨਿਰੰਕਾਰ ਦਾ ਗਿਆਨ ਨਹੀਂ ਕਹਿੰਦੇ ਉਹਨੂੰ ਤਾਂ ਮਿਲਿਆ ਨਹੀਂ ਜਾ ਸਕਦਾ ਉਹ ਫਿਰ ਸਾਨੂੰ ਉਹ ਸੱਚ ਨਿਰੰਕਾਰ ਦਾ ਭੇਦ ਦਿੰਦੇ ਨੇ ਐ ਇਸੇ ਕਰਕੇ ਹੀ ਸਤਿਗੁਰ ਦੀ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਮਾਲਕ ਨਿਰੰਕਾਰ ਨੇ ਕਿਰਪਾ ਕਰਕੇ ਐਸੇ ਮਹਾਪੁਰਖਾਂ ਦਾ ਸੰਗ ਬਖਸ਼ਿਸ਼ ਕਰ ਦਿੱਤਾ ਉਹ ਸੋਹਣੇ ਨੇ ਉਹ ਸਿਆਣੇ ਨੇ ਉਹ ਸੂਰਮੇ ਨੇ ਉਹ ਬੇਤੇ ਨੇ ਜਾਣਨ ਵਾਲੇ ਨੇ ਮਾਲਕ ਨਿਰੰਕਾਰ ਲੋ ਤੇ ਪਾਤਸ਼ਾਹ ਗੁਰਬਾਣੀ ਰਹੀ ਸਾਨੂੰ ਸਮਝਾ ਰਹੇ ਕਹਿੰਦੇ ਸੁੰਦਰ ਸੁਗੜ ਸੂਰ ਸੋਭਿਤ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬਹੜ ਨਾ ਜੋਨੀ ਤਵੈ ਜਦੋਂ ਫਿਰ ਆਪਾਂ ਇਹ ਸ਼ਬਦ ਦਾ ਅਭਿਆਸ ਕਰਦੇ ਆਂ ਇਹ ਮੰਤਰ ਦ੍ਰਿੜ ਕਰਦੇ ਆਂ ਪਾਤਸ਼ਾਹ ਕਹਿੰਦੇ ਦੁਬਾਰਾ ਇਹ ਜਨਮ ਮਰਨ ਦਾ ਗੇੜ ਸਾਡਾ ਖਤਮ ਹੋ ਜਾਂਦਾ ਆਉਂਦੇ ਨਹੀਂ ਆਪਾਂ ਜਿਵੇਂ ਰਾਤ ਵੀ ਆਪਾਂ ਵਿਚਾਰ ਕਰ ਰਹੇ ਸੀ ਵੀ ਸਾਡੇ ਇਹ ਭਰਮ ਖਤਮ ਹੋ ਜਾਂਦੇ ਨੇ ਜਦੋਂ ਆਪਾਂ ਸਾਧੂ ਦਾ ਸੰਗ ਕਰਦੇ ਆ ਜਿਨ੍ਹਾਂ ਤੇ ਮਾਲਕ ਨਿਰੰਕਾਰ ਕਿਰਪਾ ਕਰਕੇ ਵਡਭਾਗੀ ਜਿਨ੍ਹਾਂ ਨੂੰ ਬਣਾ ਦਿੰਦੇ ਨੇ ਜੋ ਪਾਤਸ਼ਾਹ ਕਹਿੰਦੇ ਆ ਉਹ ਵਡਭਾਗੀ ਜੀਵ ਜਿਨ੍ਹਾਂ ਦਾ ਸੰਤਾਂ ਨਾਲ ਮਲਾਪ ਹੋ ਗਿਆ ਸਾਧੂ ਜਿਨ੍ਹਾਂ ਨਾਲ ਮਲਾਪ ਹੋ ਗਿਆ ਮਾਰੇ ਕਹਿੰਦੇ ਵਡਭਾਗੀ ਹਰ ਸੰਤ ਮਲਾਹੀ ਜਨਮ ਮਰਨ ਤ ਹੈ ਮੂਲੇ ਨਹੀਂ ਪਾਤਸ਼ਾਹ ਕਹਿੰਦੇ ਆ ਜਨਮ ਮਰਨ ਦਾ ਇਹ ਗੇੜ ਉਹਨਾਂ ਦਾ ਖਤਮ ਹੋ ਜਾਂਦਾ ਹੈ ਉਹ ਥਿਰ ਹੋ ਜਾਂਦੇ ਨੇ ਇਸ ਕਰਕੇ ਵੱਡੇ ਭਾਗ ਨੇ ਆਪਣੇ ਜਿਹੜਾ ਮਾਲਕ ਨਰਿੰਕਾਰ ਨੇ ਆਪਣੇ ਤੇ ਕਿਰਪਾ ਕੀਤੀ ਮਾਨਸ ਜਨਮ ਬਖਸ਼ਿਸ਼ ਕੀਤਾ ਵੱਡੇ ਵੱਡੇ ਭਾਗ ਨੇ ਆਪਣੇ ਜਿਹੜਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਅੰਦਰ ਸਾਰਾ ਇਹ ਗਿਆਨ ਸ਼ਬਦਾਂ ਵਿੱਚ ਸਾਨੂੰ ਸਮਝਾਇਆ ਇਹ ਮਾਨਸ ਜਨਮ ਨੂੰ ਸਫਲ ਕਰ ਦਿੰਦਾ ਬਹੁਤ ਵੱਡੇ ਭਾਗ ਨੇ ਆਪਣੇ ਜਿਹੜਾ ਮਾਲਕ ਨਿਰੰਕਾਰ ਦੀ ਕਿਰਪਾ ਹੈ ਜੋ ਆਪਾਂ ਨੂੰ ਐਸੇ ਮਹਾਪੁਰਖਾਂ ਦਾ ਸੰਗ ਮਿਲਿਆ ਤੇ ਪਾਤਸ਼ਾਹ ਕਹਿੰਦੇ ਜਦੋਂ ਸਾਧੂ ਦਾ ਸੰਗ ਮਿਲ ਜਾਂਦਾ ਨਾ ਫਿਰ ਸੇਵਾ ਦਾ ਵੀ ਗਿਆਨ ਆ ਜਾਂਦਾ ਸੇਵਾ ਵੀ ਮਿਲ ਜਾਂਦੀ ਹੈ ਤੇ ਮਹਿਲ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਸਾਧੂ ਦਾ ਸੰਗ ਹੋ ਜਾਂਦਾ ਤੇ ਉਹ ਹੁੰਦਾ ਆ ਮਾਲਕ ਨਿਰੰਕਾਰ ਦੀ ਕਿਰਪਾ ਸਦਕਾ ਜਿਹੜਾ ਪਾਤਸ਼ਾਹ ਦੇ ਬਚਨ ਆਪਾਂ ਪੜਦੇ ਆਂ ਟਹਿਲ ਮਹਿਲ ਤਾਂ ਕੋ ਮਿਲੈ ਜਾ ਕੋ ਸਾਧ ਕਿਰਪਾਲ ਜਿਨ੍ਹਾਂ ਤੇ ਸਾਧੂ ਖੁਸ਼ ਹੋ ਗਿਆ ਜਿਨ੍ਹਾਂ ਤੇ ਕਿਰਪਾ ਕਰ ਦੇ ਤੇ ਉਹ ਉਹਨਾਂ ਨੂੰ ਫਿਰ ਸੇਵਾ ਤੇ ਲਾ ਲੈਂਦਾ ਏ ਸੇਵਾ ਕੀ ਹੈ ਜਿਹੜਾ ਆਪਾਂ ਨੂੰ ਸਤਿਗੁਰ ਦੀ ਬਾਣੀ ਰਹੀਂ ਸਮਝਾਇਆ ਉਹਨਾਂ ਨੇ ਸੰਤ ਕੀ ਸੇਵਾ ਨਾਮ ਅਤਿਆਈਏ ਇਹ ਸੇਵਾ ਦਾ ਫਲ ਕੀ ਮਿਲਦਾ ਹੈ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਮਹਿਲ ਵਿੱਚ ਵਸਣਾ ਸ਼ੁਰੂ ਕਰ ਦਿੰਦਾ ਹੈ ਐਸੇ ਕਰਕੇ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੱਤਾ ਹੈ ਜੇ ਆਪਾਂ ਚਾਹਣੇ ਹਨ ਵੀ ਸਾਡਾ ਵਾਸਾ ਆਪਣੇ ਘਰ ਦੇ ਵਿੱਚ ਹੋਵੇ ਜਾਉਣੇ ਆ ਕਿ ਸਾਨੂੰ ਉਹ ਨਾਮ ਧੰਨ ਦੀ ਪ੍ਰਾਪਤੀ ਹੋਵੇ ਅਨਹਦ ਬਾਣੀ ਸੁਣੀਏ ਨਾਮ ਰਸ ਦੀ ਪ੍ਰਾਪਤੀ ਹੋਵੇ ਮਾਲਕ ਨਰੰਗਕਰ ਦਾ ਮਲਾਪ ਹੋਵੇ ਤੇ ਫਿਰ ਗੁਰਮਖੰਦ ਆਪਾਂ ਨੂੰ ਗਿਆਨ ਦਿੱਤਾ ਜਿਆ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੇ ਜੇ ਇਹ ਪ੍ਰਾਪਤੀ ਚਾਹਣੇ ਫਿਰ ਕਹਿੰਦੇ ਸਾਧ ਜੀਰਾਨ ਦੀ ਸੇਵਾ ਤੇ ਲੱਗ ਜਾਓ ਫਿਰ ਇਹ ਸਿਮਰਨ ਕਰ ਲੋ ਇਹ ਅਭਿਆਸ ਕਰ ਲੋ ਜੇ ਸੇਵਾ ਦਾ ਫਲ ਤੁਹਾਨੂੰ ਪ੍ਰਾਪਤ ਹੋਣਾ ਹੈ ਤੁਸੀਂ ਅਨਾਂ ਦੇ ਬਾਣੀ ਵੀ ਸੁਣੋਗੇ ਨਾਮ ਵੀ ਸੁਣੋਗੇ ਆਪਣੇ ਘਰ ਦੇ ਵਿੱਚ ਤੁਹਾਨੂੰ ਉਹ ਅੰਮ੍ਰਿਤ ਰਸ ਵੀ ਆਏਗਾ ਖਰਾਕ ਵੀ ਮਿਲੇਗੀ ਤੇ ਮਾਲਕ ਨਿਰੰਕਾਰ ਦੀ ਪ੍ਰਾਪਤੀ ਵੀ ਹੋਏਗੀ ਏਸੇ ਕਰਕੇ ਆਪਾਂ ਇਹ ਯਤਨ ਕਰਨਾ ਹੈ ਇਹ ਸੇਵਾ ਇਹ ਮਨ ਕਰਕੇ ਕਰੀਏ ਅਸੀਂ ਜਿਹੜਾ ਇਹ ਸਿਮਰਨ ਹੈ ਸਾਡਾ ਇਹ ਮਨ ਕਰੇ ਚਿੱਤ ਕਰੇ ਸਾਡਾ ਜਦੋਂ ਆਪਾਂ ਇਹ ਮਨ ਕਰਕੇ ਸੇਵਾ ਕਰਦੇ ਆ ਨਾ ਸਿਮਰਨ ਕਰਦੇ ਆ ਇਹਦਾ ਫਲ ਸਾਨੂੰ ਮਿਲਦਾ ਏ ਜਦੋਂ ਆਪਾਂ ਇੱਕ ਸੇਵਕ ਬਣ ਕੇ ਸੇਵਾ ਕਰਦੇ ਆ ਉਹਦਾ ਸਾਨੂੰ ਫਲ ਮਿਲਦਾ ਏ ਇਹ ਨਹੀਂ ਵੀ ਸਿਮਰਨ ਵੀ ਕਰੀ ਜਾਈਏ ਤੇ ਮਨ ਸਾਡੇ ਸ਼ੰਕਾ ਵਿੱਚ ਵੀ ਹੋਵੇ ਜਿਹੜਾ ਸਤਗੁਰੂ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਇਆ ਹੈ ਵੀ ਇੱਕ ਪਾਸੇ ਨਿਉਦੇ ਵੀ ਬਹੁਦੇ ਆ ਦੂਸਰੇ ਪਾਸੇ ਮਨ ਵਿੱਚ ਕਿੰਤੂ ਬਰੰਤੂ ਵੀ ਆ ਉਹ ਕੀਤੀ ਹੋਈ ਸੇਵਾ ਕਿਸੇ ਥਾਂ ਇਹ ਨਹੀਂ ਬੈਂਦੀ ਜਿਹੜਾ ਸਤਿਗੁਰ ਦੀ ਬਾਣੀ ਵਿੱਚ ਆਪਾਂ ਨੂੰ ਸਮਝਾਇਆ ਸਵਾਲ ਜਵਾਬ ਦੋਵੇ ਕਰੇ ਸਲਾਮ ਜਵਾਬ ਦੋਵੇ ਕਰੇ ਮੁੱਢੋ ਕੋ ਥਾ ਜਾਏ ਜੇ ਪਾਸ਼ਾ ਕਹਿੰਦੇ ਇੱਕ ਸੇਵਕ ਉਹ ਆ ਜਿਹੜਾ ਇਹ ਮਨ ਕਰਕੇ ਸੇਵਾ ਕਰਦਾ ਹੈ ਜਿਹੜਾ ਇਹ ਚਿੱਤ ਕਰਕੇ ਸੇਵਾ ਕਰਦਾ ਉਹਦੀ ਕੀਤੀ ਹੋਈ ਸੇਵਾ ਦਾ ਫਿਰ ਫਲ ਮਿਲਦਾ ਹੈ ਉਸ ਨੂੰ ਜਿਹੜਾ ਉਨੋ ਰਸਾ ਹੁੰਦਾ ਹੈ। ਇਹੀ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਹੈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੈ ਤਰੈ। ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਘ ਹੈ ਭਾਵੈ ਮਾਨ। ਏਕ ਅਸੀਂ ਆਪ ਗਵਾਕੇ ਸੇਵਾ ਕਰਨੀ ਹੈ, ਏਕ ਅਸੀਂ ਬੱਧਾ ਚੱਟੀ ਸੇਵਾ ਕਰਨੀ ਹੈ। ਇਹਦੇ ਵਿੱਚ ਪਾਤਸ਼ਾਹ ਕਹਿੰਦੇ ਫਰਕ ਹੈ। ਨਾ ਉਹਦਾ ਕੋਈ ਫਲ ਮਿਲਦਾ ਨਾ ਉਹ ਕੋਈ ਗੁਣ ਸਾਡੇ ਅੰਦਰ ਵੱਸਦਾ ਤੇ ਜੇ ਆਪਾਂ ਇਸ ਤਰੀਕੇ ਨਾਲ ਸਿਮਰਨ ਕਰਦੇ ਇੱਕ ਚਿੱਤ ਹੋ ਕੇ ਕਰਦੇ ਆ ਤੇ ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਸੇਵਾ ਕੀਤੀ ਹੈ ਉਹਨਾਂ ਦੀ ਪਰਥਾਏ ਸਤਿਗੁਰੂ ਸਾਨੂੰ ਸਮਝਾਉਂਦੇ ਜਿਨ੍ਹਾਂ ਇੱਕ ਮਨ ਧਿਆਇਆ ਤិន ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਬਹੁਤੇ ਵਿਰਲੇ ਤਾਂ ਵਿਰਲੇ ਵਿਰਲੇ ਜੀਵ ਨੇ ਜਿਹੜੇ ਆਪਣਾ ਆਪ ਖਤਮ ਕਰਕੇ ਆਪਣੀ ਮਤ ਛੱਡ ਕੇ ਇਸ ਪਾਸੇ ਲੱਗਦੇ ਨੇ ਬਹੁਤੇ ਜੀਵ ਉਹ ਸਿਆਣਪ ਆਪਣੀ ਨਹੀਂ ਛੱਡਦੇ ਚਿਤਰਾਈ ਆਪਣੀ ਨਹੀਂ ਛੱਡਦੇ ਤਾਂ ਇਹ ਭਟਕਣਾ ਖਤਮ ਨਹੀਂ ਹੁੰਦੀ ਤਾਂ ਹੀ ਸਾਡਾ ਇਹ ਮਨ ਜਿਹੜਾ ਇਹ ਥਿਰ ਨਹੀਂ ਹੁੰਦਾ ਸਤਿਗੁਰ ਦੀ ਬਾਣੀ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਗਿਆਨ ਦਿੱਤਾ ਆਪਾਂ ਨੂੰ ਭੇਦ ਦਿੱਤਾ ਹੈ ਕਿ ਹੁਣ ਦੇਖੀਏ ਆਪਾਂ ਜੇ ਅਸੀਂ ਕਹਿੰਨੇ ਆਂ ਵੀ ਸਾਨੂੰ ਮਾਲਕ ਨਿਰੰਕਾਰ ਦਾ ਭੇਤ ਆ ਗਿਆ ਸਾਨੂੰ ਗਿਆਨ ਆ ਗਿਆ ਅਸਲੀ ਭਗਤ ਤਾਂ ਉਹੀ ਹੈ ਨਾ ਜਿਹਨੂੰ ਮਾਲਕ ਦਾ ਭੇਤ ਆ ਗਿਆ ਨਿਰੰਕਾਰ ਦਾ ਭੇਤ ਆ ਗਿਆ ਜਿਹੜਾ ਆਪਾਂ ਸਤਿਗੁਰ ਦੇ ਵਚਨ ਦ੍ਰਿੜ ਕੀਤੇ ਨੇ ਸੋ ਭਗਉਤੀ ਜੋ ਭਗਵੰਤੇ ਜਾਣੈ ਤੇ ਜਿਹਨੂੰ ਗਿਆਨ ਆ ਗਿਆ ਉਹ ਤਾਂ ਸਦਾ ਫਿਰ ਮਾਲਕ ਨਿਰੰਕਾਰ ਦੇ ਸਨਮੁਖ ਰਹਿੰਦਾ ਹੈ ਕਿਉਂਕਿ ਉਹ ਭਗਵਾਨ ਜਿਹੜਾ ਆ ਉਹ ਮਾਲਕ ਹਰੀ ਉਹ ਤਾਂ ਕਿਤੇ ਪਾਸੇ ਨਹੀਂ ਉਹਨਾਂ ਦੀ ਪਰਥਾਏ ਤਾਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਆਂ ਆਕਾਸ਼ ਗਗਨ ਪਥਾਲ ਗਗਨ ਹੈ ਚਾਉਂ ਦਿਸ ਗਗਨ ਰਹਾਇ ਲਿਆ ਅਨੰਤ ਮੂਲ ਸਦਾ ਪਰਖੋਤਮ ਘਟ ਬਿਨ ਸਹਿ ਗਗਨ ਨਾ ਧਾਇ ਲਿਆ ਮਾਲਕ ਨਿਰੰਕਾਰ ਜਿਹੜਾ ਹੈ ਉਹ ਤਾਂ ਕਿਤੇ ਪਾਸੇ ਨਹੀਂ ਸਾਡੇ ਤੋਂ ਸਵਾਸ ਦੇ ਕੇ ਸਾਨੂੰ ਜੰਦਾ ਰੱਖ ਰਿਹਾ ਤੇ ਜੇ ਉਹਦਾ ਸਾਨੂੰ ਭੇਤ ਆ ਗਿਆ ਤੇ ਫੇਰ ਤਾਂ ਅਸੀਂ ਸਦਾ ਉਹਦੇ ਸਨਮੁਖ ਰਭਾਂਗੇ ਜਦੋਂ ਸਾਨੂੰ ਭੇਦ ਨਹੀਂ ਰਹਿੰਦਾ ਬੇਮਖ ਹੋ ਜਾਂਦੇ ਆ ਜੇ ਮਾਲਕ ਨਿਰੰਗ ਕਰਦਾ ਭੇਦ ਆ ਗਿਆ ਉਹਦੇ ਵਿੱਚ ਧਿਆਨ ਲੱਗ ਗਿਆ ਦੂਸਰਾ ਵਿਚਾਰਨੇ ਕੋਈ ਉਹਦਾ ਫਰਨਾ ਨਹੀਂ ਆਉਂਦਾ ਸਾਨੂੰ ਕਦੋਂ ਸਾਡੇ ਇਹ ਮਨ ਦੀ ਭਟਕਣਾ ਸ਼ੁਰੂ ਹੁੰਦੀ ਹੈ ਕਦੋਂ ਸਾਡਾ ਇਹ ਮਨ ਭਰਮ ਦੇ ਵਿੱਚ ਜਾਂਦਾ ਹੈ ਜਦੋਂ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਆ ਸਤਗੁਰ ਤੇ ਜੋ ਮੂੰਹ ਫਿਰ ਐਸੇ ਪਰਮ ਦੇ ਨਾ ਟਿਕਨ ਉਹ ਮਨ ਪਰਮ ਦੇ ਵਿੱਚ ਜਾਂਦੇ ਆ ਉਹ ਮਨ ਨਹੀਂ ਟਿਕਦਾ ਜਿਨ੍ਹਾਂ ਨੂੰ ਸਤਗੁਰ ਦਾ ਭੇਤ ਨਹੀਂ ਹੈ ਜਿਨ੍ਹਾਂ ਨੂੰ ਉਸ ਮਾਲਕ ਨਿਰੰਕਾਰ ਦਾ ਭੇਤ ਨਹੀਂ ਹੈ ਜਿਨ੍ਹਾਂ ਨੇ ਪਹਿਚਾਨ ਕਰ ਲਈ ਜਿਨ੍ਹਾਂ ਨੂੰ ਗਿਆਨ ਆ ਗਿਆ ਉਹ ਤਾਂ ਫਿਰ ਜਿੱਥੇ ਬੈਠਦੇ ਨੇ ਇਹ ਤਾਂ ਨਾਲ ਹੀ ਐ ਸਾਡੇ ਇਹ ਤਾਂ ਸਾਨੂੰ ਦੇਖ ਰਿਹਾ ਹੈ ਜਿਉਂ ਹੀ ਆਪਾਂ ਉਹ ਪਹਿਚਾਨ ਭੁੱਲਾਂਗੇ ਉਹਦੀ ਸਿਆਣ ਸਾਨੂੰ ਭੁੱਲ ਜੇਗੀ ਉਦੋਂ ਸਾਡਾ ਇਹ ਮਨ ਭਰਮ ਦੇ ਵਿੱਚ ਜਾਏਗਾ ਉਦੋਂ ਮਨ ਸਾਡਾ ਇਹ ਦੂਸਰੇ ਪਾਸੇ ਜਾਏਗਾ ਚਲਾਕੀ ਕਰੇਗਾ ਸਿਆਣਪ ਕਰੇਗਾ ਐਸੇ ਕਰਕੇ ਗੁਰਮਖਾ ਨੇ ਆਪਾਂ ਨੂੰ ਜਿਹੜਾ ਇਹ ਗਿਆਨ ਦਿੱਤਾ ਹੈ ਕਿਰਪਾ ਕੀਤੀ ਆਪਣੇ ਤੇ ਇਹ ਗਿਆਨ ਨੂੰ ਆਪਾਂ ਸਾਰਿਆਂ ਨੇ ਸੰਭਲਣਾ ਹੈ ਜਿਹੜਾ ਮਾਲਕ ਨਰਿੰਕਾਰ ਨੇ ਕਿਰਪਾ ਕੀਤੀ ਆਪਣੇ ਤੇ ਐਸੇ ਮਹਾਪੁਰਖਾਂ ਦਾ ਆਪਾਂ ਨੂੰ ਸੰਗ ਬਖਸ਼ਿਸ਼ ਕੀਤਾ ਉਹਨਾਂ ਦਾ ਸੰਗ ਬਖਸ਼ਿਸ਼ ਹੋਣ ਤੇ ਜਿਹੜੀਆਂ ਆਪਾਂ ਨੂੰ ਇਹ ਸਿਵਤਸਲਾ ਦਾ ਕੱਪੜਾ ਉਹਨਾਂ ਨੇ ਬਖਸ਼ਿਸ਼ ਕੀਤਾ ਏ ਇਹ ਆਪਾਂ ਇਹ ਉਪਦੇਸ਼ ਨੂੰ ਸਾਰਿਆਂ ਨੇ ਕਮਾਉਣਾ ਹੈ ਕਿਉਂਕਿ ਸਤਗੁਰੂ ਦੀ ਬਾਣੀ ਦੇ ਵਿੱਚ ਵੀ ਆਪਾਂ ਨੂੰ ਸਮਝਾਉਂਦੇ ਆ ਇੱਕ ਸਖਿਆਰਥੀ ਦੀ ਡਿਊਟੀ ਇੱਕ ਸੰਤ ਮਾਰਗ ਤੇ ਚੱਲਣ ਵਾਲੇ ਦੀ ਡਿਊਟੀ ਜਿਹੜਾ ਆਪਾਂ ਸਤਗੁਰ ਦੇ ਬਚਨ ਪੜ੍ਹਦੇ ਆਂ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸਖ ਪਾਵੋ ਆਪ ਜਪਹਿ ਵਰੈ ਨਾਮ ਜਪਾਓ ਆਪ ਵੀ ਜਪਣਾ ਤੇ ਦੂਸਰਿਆਂ ਨੂੰ ਜਪਾਉਣਾ ਵੀ ਤੇ ਜੇ ਆਪਾਂ ਇਹ ਕਿਰਪਾ ਹੈ ਸਾਡੇ ਤੇ ਕੀਤੀ ਹੋਈ ਇਹ ਸ਼ਿਵਸਲਾ ਦਾ ਕੱਪੜਾ ਸਾਨੂੰ ਬਖਸ਼ਿਸ਼ ਕੀਤਾ ਹੋਇਆ ਹੈ ਇਹ ਵਡਿਆਈ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ ਇਸ ਨੂੰ ਆਪਾਂ ਕਾਇਮ ਰੱਖਦੇ ਆਂ ਸਿਮਸਲਾ ਕਰਦੇ ਆਂ ਤੇ ਇਸ ਲੋਕ ਦੇ ਵਿੱਚ ਵੀ ਸਾਨੂੰ ਮਾਣ ਮਿਲਦਾ ਹੈ ਸਾਨੂੰ ਵਡਿਆਈ ਮਿਲਦੀ ਹੈ ਫਿਰ ਉਹ ਆਪ ਦਵਾਉਂਦਾ ਏ ਐਸੇ ਕਰਕੇ ਆਪਾਂ ਇਹ ਯਤਨ ਕਰਨਾ ਆ ਬੜੀ ਕਿਰਪਾ ਕਿ ਉਹ ਮਾਲਕ ਨਿਰੰਕਾਰ ਨੇ ਜਿਹੜਾ ਇਹ ਮਾਨਸ ਜਨ ਵਿੱਚ ਐਸੇ ਮਹਾਪੁਰਖਾਂ ਦਾ ਆਪਾਂ ਨੂੰ ਸੰਗ ਬਖਸ਼ਿਸ਼ ਕੀਤਾ ਉਹਨਾਂ ਨੇ ਆਪਾਂ ਨੂੰ ਇਹ ਸਤਿਗੁਰ ਦੀ ਬਾਣੀ ਦਾ ਗਿਆਨ ਦ੍ਰਿੜ ਕਰਾਇਆ ਦੇ ਆਪਾਨੂੰ ਸਮਝਾ ਦਿੱਤਾ ਕਿ ਇਹ ਰੋਜ਼ ਦਾ ਰੋਜ਼ ਆਪਣੇ ਇਹ ਮਨ ਨੂੰ ਤੁਸੀਂ ਸਮਝਾਈ ਜਾਣਾ ਹੈ ਰੋਜ਼ ਦਾ ਰੋਜ਼ ਆਪਣੇ ਮਨ ਨੂੰ ਇਹ ਗਿਆਨ ਦੇਈ ਜਾਣਾ ਇਹ ਪੇਧ ਦੇਈ ਜਾਣਾ ਇਹ ਮਨ ਦਾ ਕਰਮ ਹੈ ਕਦੀ ਸ਼ਬਦ ਦੀ ਵਿਚਾਰ ਕਦੀ ਸ਼ਬਦ ਦਾ ਅਭਿਆਸ ਤਾਂ ਕਿ ਇਹ ਸਾਡੇ ਮਨ ਨੂੰ ਮੈਲ ਨਾ ਲੱਗੇ ਇਹ ਮਨ ਸਾਡਾ ਭੁੱਲੇ ਨਾ ਜਿੰਨਾ ਚਿਰ ਮਾਇਆ ਦੇ ਦੇਸ਼ ਵਿੱਚ ਰਹਿਣਾ ਹੈ ਉਹਨਾਂ ਚਿਰ ਆਪਾਂ ਇੱਥੇ ਰੱਖਿਆ ਚੱਕਰ ਬਣਾਈ ਜਾਣਾ ਗੁਰੂ ਦੇ ਸ਼ਬਦ ਜਿਹੜਾ ਆਪਾਂ ਨੂੰ ਮਹਾਪੁਰਖਾਂ ਸਮਝਾ ਦਿੰਦਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਤੁਰਦੇ ਫਿਰਦੇ ਬਹਿੰਦੇ ਉੱਠਦੇ ਆਪਾਂ ਨੂੰ ਗਿਆਨ ਦਿੱਤਾ ਵੀ ਹਰੇਕ ਸਵਾਸਤੇ ਤੁਸੀਂ ਉਸ ਮਾਲਿਕ ਨਿਰੰਕਾਰ ਦੀ ਸਿਮਸਲਾ ਕਰਦੇ ਸੋ ਆਪਾਂ ਇਹ ਜਿਹੜਾ ਗਿਆਨ ਸਤਗੁਰ ਦੀ ਬਾਣੀ ਦਾ ਗੁਰਮਖਾੜੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਇਹ ਜੀਵਨ ਨੂੰ ਸਫਲ ਕਰਨ ਦਾ ਤਰੀਕਾ ਦੱਸਿਆ ਹੈ ਤੇ ਆਪਾਂ ਇਹ ਜਿਹੜਾ ਗਿਆਨ ਹੈ ਇਸ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆ ਰੋਜ਼ ਦਾ ਰੋਜ਼ ਇਹ ਗਿਆਨ ਦੀ ਮਤ ਵੀ ਆਪਣੇ ਮਨ ਨੂੰ ਦੇਣੀ ਹੈ ਨਾਲ ਸ਼ਬਦ ਦਾ ਅਭਿਆਸ ਵੀ ਆਪਾਂ ਕਰਨਾ ਕਰਾਉਣਾ ਜਦੋਂ ਇਹ ਉਪਦੇਸ਼ ਆਪਾਂ ਕਮਾਉਣੇ ਫਿਰ ਸਾਡੇ ਮਨ ਨੂੰ ਸੁਖੀ ਸੁਖਿਆ ਆਨੰਦ ਹੀ ਆਨੰਦ ਇਹ ਮਨ ਨਹੀਂ ਮੈਲਾ ਹੁੰਦਾ ਸਾਡਾ ਕਿਉਂਕਿ ਐਸੇ ਰਤਨ ਬਖਸ਼ਿਸ਼ ਕੀਤੇ ਨੇ ਆਪਾਂ ਨੂੰ ਇਹ ਇੱਕ ਗਿਆਨ ਦਾ ਰਤਨ ਜਿਹੜਾ ਆਪਾਂ ਨੂੰ ਦੱਸਿਆ ਗਿਆਨ ਰਤਨ ਮਨ ਮਾਂਜੀਏ ਬੋਹੜ ਨ ਮੈਲਾ ਹੋਏ ਜਦੋਂ ਇਹ ਗਿਆਨ ਦੁਆਰਾ ਮਨ ਨੂੰ ਮਾਂਜੀ ਜਾਵਾਂਗੇ ਇਹਦੇ ਤੇ ਮੈਲ ਨਹੀਂ ਚੜੇਗੀ ਫਿਰ ਇਹ ਸ਼ਬਦ ਦਾ ਅਭਿਆਸ ਆਪਾਂ ਕਰਦੇ ਜਾਵਾਂਗੇ ਸ਼ਬਦ ਦੁਆਰਾ ਮਨ ਨੂੰ ਧੋਈ ਜਾਵਾਂਗੇ ਮਨ ਸਾਡਾ ਨਿਰਮਲ ਹੋਏਗਾ ਆਪਣੇ ਘਰ ਦੇ ਵਿੱਚ ਵਸੇਗਾ ਨਿਰਮਲ ਹੋਏਗਾ ਇਹ ਸ਼ਬਦ ਨੂੰ ਸੁਣੇਗਾ ਨਿਰਮਲ ਹੋਏਗਾ ਮਾਲਿਕ ਨਰਿੰਗਕਰ ਦੇ ਸਨਮੁਖ ਰਹੇਗਾ ਸੋ ਇੱਕ ਵਾਰ ਫੇਰ ਐਸੇ ਮਹਾਨ ਪਰਪਕਾਰੀ ਗੁਰਮਖ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਲ ਉਹਨਾਂ ਦੇ ਆਗਮਨ ਪੂਰਵ ਦੇ ਸਾਰੇ ਹੀ ਪਰਿਵਾਰ ਨੂੰ ਲੱਖ ਲੱਖ ਵਧਾਈ ਇਹਨੇ ਵਿਚਾਰ ਕਰਦਿਆਂ ਹੋਇਆ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਸੰਗਤ ਗੁਰੂ ਬਖਸ਼ਣ ਜੋਗ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ